ਇੱਕ ਦੋਸ਼ੀ ਕੋਲੋਂ ਤੁਸੀਂ ਦੇਸ਼ ਦਾ ਤਿਰੰਗਾ ਲਹਿਰਾਓਗੇ ਇੱਕ ਦੋਸ਼ੀ ਸਲਾਮੀ ਦੇਊਗਾ ਇੱਕ ਦੋਸ਼ੀ ਉੱਥੇ ਲੋਕਾਂ ਨੂੰ ਇਨਾਮ ਦੇਵੇਗਾ ਦੋਸ਼ੀ ਜਿਹੜੇ ਫਰੀਡਮ ਫਾਈਟਰ ਜਾਂਦੇ ਹੋਰ ਵਿਦਵਾਵਾਂ ਹੁੰਦੀਆਂ ਉਹਨਾਂ ਨੂੰ ਸਲਾਈ ਮਸ਼ੀਨਾਂ ਵੰਡੂ ਅੰਮ੍ਰਿਤਸਰ ਦੇ ਵਿੱਚ ਅਮੜ ਰੋੜਾ ਇੱਕ ਦੋਸ਼ੀ ਆ ਜਿਹਨੂੰ 2 ਸਾਲ ਦੀ ਸਜ਼ਾ ਹੋ ਚੁੱਕੀ ਤੇ ਕੀ ਇੱਕ ਦੋਸ਼ੀ ਨੂੰ ਕੈਬਨਿਟ ਦੇ ਵਿੱਚ ਬਿਠਾਉਣਾ ਜਾਇਜ਼ ਆ ਤੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਇੱਕ ਵਾਰੀ ਫੇਰ ਜਵਾਬ ਮੰਗ ਲਿਆ ਕਿ ਮੰਤਰੀ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਹੋਈ ਹੋਵੇ ਲੜਾਈ ਝਗੜੇ ਵਾਲੇ ਕੇਸ ਵਿੱਚ ਉਸ ਮਸਲੇ ਦੇ ਉੱਤੇ ਰਿਪੋਰਟ ਮੰਗ ਲਈ ਹੈ ਜਦ ਅਮਨ ਰੋੜਾ ਨੂੰ ਕਿਸੇ ਵੀ ਅਦਾਲਤ ਨੇ ਨਾਲ ਸੈਸ਼ਨ ਕੋਰਟ ਨੇ ਨਾ ਹਾਈ ਕੋਰਟ ਨੇ ਉਹਨਾਂ ਨੂੰ ਸਟੇ ਨਹੀਂ ਦਿੱਤੀ ਤੇ ਫਿਰ ਸੁਪਰੀਮ ਕੋਰਟ ਤੋਂ ਵੱਡੀ ਆਮ ਆਦਮੀ ਪਾਰਟੀ ਸਰਕਾਰ ਨਹੀਂ ਆ ਸੁਪਰੀਮ ਕੋਰਟ ਤੋਂ ਵੱਡੇ ਅਮਨ ਰੋੜਾ ਸਾਹਿਬ ਨਹੀਂ ਆ 2 ਸਾਲ ਤੋਂ ਉੱਪਰ ਸਜ਼ਾ ਦਿੰਦੇ ਨੇ ਜੇ ਉਹਨਾਂ ਨੂੰ ਸਟੇ ਨਹੀਂ ਮਿਲਦਾ ਤੇ ਉਹਨਾਂ ਨੂੰ ਕੋਈ ਹੱਕ ਨਹੀਂ ਆ ਉਹ ਵਿਧਾਇਕ ਬਣ ਕੇ ਰਵੇ ਉਹ ਮੰਤਰੀ ਬਣ ਕੇ ਰਵੇ ਉਹ ਐਮਪੀ ਬਣ ਕੇ ਰਵੇ ਜਿਹੜੇ ਦੋਸ਼ੀ ਲੋਕ ਰੰਗਾਂ ਲਰਾਉਣਗੇ ਇਹ ਦੋਸ਼ੀ ਨੂੰ ਬਾਹਰ ਕੱਢਣਾ ਚਾਹੀਦਾ ਦੋਸ਼ੀ ਐਮਐਲਏ ਨਹੀਂ ਬਣਨਾ ਚਾਹੀਦਾ ਹੈਗਾ ਹੋਰ ਆਮ ਆਦੀ ਪਾਰਟੀ ਨੇ ਤੇ ਸਾਰੇ ਨੂੰ ਨੈਤਿਕਤਾ ਦਾ ಪಾਠ ਪੜਾਉਂਦਰੀ ਹੈ ਇਹ ਤੇ ਕਹਿ ਰਹੇ ਨੇ ਸਾਡੇ ਤੋਂ ਵੱਡਾ ਕੋਈ ਕੱਟੜ ਇਮਾਨਦਾਰ ਨਹੀਂ ਹੈ ਉਹਨਾਂ ਮੰਨ ਰੋਣਾ ਨੂੰ ਤੇ ਸਟੇਵ ਨਹੀਂ ਮਿਲਿਆ ਹੁਣ ਇੱਕ ਦੋਸ਼ੀ ਕੈਬਨਟ ਦੇ ਵਿੱਚ ਬੈਠੇ ਰੌਲਾ ਇਸ ਗੱਲ ਦਾ ਹੁਣ ਗਵਰਨਰ ਸਾਹਿਬ ਨੇ ਇਹ ਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਮੈਨੂੰ ਡਿਟੇਲ ਭੇਜੀ ਜਾਵੇ ਤੁਸੀਂ ਹੁਣ ਤੱਕ ਹਟਾਇਆ ਕਿਉਂ ਨਹੀਂਆ ਮੈਨੂੰ ਲੱਗਦਾ ਕਿ ਉਹਨੂੰ ਕੈਪਟਨ ਮੰਤਰੀ ਤੋਂ ਬਾਹਰ ਕੱਢਿਆ ਜਾਊਗਾ ਹਾਲਾਂਕਿ ਸਾਰੀ ਦੁਨੀਆ ਨੂੰ ਪਤਾ ਕਿ ਅਮਲ ਰੋੜਾ ਵਰਗਵੰਤ ਮਾਨ ਸਾਹਿਬ ਦੀ ਨਹੀਂ ਬੰਦੀ ਆਈ ਸਾਰੀ ਦੁਨੀਆ ਨੂੰ ਪਤਾ ਕਿ 36 ਦਾ ਅੰਕੜਾ ਹੈਗਾ ਲੇਕਿਨ ਅਮਲ ਰੋੜਾ ਦੇ ਉੱਪਰ ਹੱਥ ਕਿਹਦਾ ਹੈਗਾ ਦਿੱਲੀ ਵਾਲਿਆਂ ਦੇ ਇਸ ਕਰਕੇ ਦਿੱਲੀ ਵਾਲੇ ਕਦੇ ਵੀ ਨਹੀਂ ਚਾਣਗੇ ਕਿ ਉਹਨਾਂ ਦਾ ਬੰਦੇ ਦੀ ਛੁੱਟੀ ਹੋਵੇ ਕੈਬਨਟ ਦੇ ਵਿੱਚੋਂ ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ ਪੰਜਾਬ ਨਾਲ ਜੁੜੇ ਹੋਏ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਖਾਸ ਕਰਕੇ ਸਿਆਸਤ ਨਾਲ ਵੀ ਕਈ ਮੁੱਦੇ ਸਿੱਧੇ ਤੌਰ ਤੇ ਜੁੜੇ ਨੇ ਹੁਣ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਇੱਕ ਵਾਰੀ ਫੇਰ ਜਵਾਬ ਮੰਗ ਲਿਆ ਕਿ ਮੰਤਰੀ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਹੋਈ ਹੋਵੇ ਲੜਾਈ ਝਗੜੇ ਵਾਲੇ ਕੇਸ ਵਿੱਚ ਉਸ ਮਸਲੇ ਦੇ ਉੱਤੇ ਰਿਪੋਰਟ ਮੰਗ ਲਈ ਹੈ ਇਸ ਤੇ ਕਿੰਨਾ ਅਸਰ ਪੈਣਾ ਹੈ ਕੁਰਸੀ ਦੇ ਉੱਤੇ ਜਾਮਨ ਅਰੋੜਾ ਦੀ ਸਿਆਸਤ ਦੇ ਉੱਤੇ ਇਸ ਦੇ ਉੱਤੇ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਸੁਖਪਾਲ ਸਿੰਘ ਖਹਿਰਾ ਵਾਲੇ ਮਾਮਲੇ ਦੇ ਵਿੱਚ ਕਿ ਕਿਹੜੇ ਕਿਹੜੇ ਕਾਂਗਰਸੀ ਸੁਖਪਾਲ ਖਹਿਰਾ ਦੇ ਹੱਕ ਵਿੱਚ ਖਾਸ ਤੌਰ ਤੇ ਨਿਤਰੇ ਨੇ ਤੇ ਕਿਹੜੇ ਹਾਲੇ ਵੀ ਚੁੱਪ ਕਰਕੇ ਬੈਠੇ ਨੇ ਡਰੇ ਡਰੇ ਬੈਠੇ ਨੇ ਇਸ ਦੀ ਵਜ੍ਹਾ ਕੀ ਹੈ ਇਸ ਦੀ ਗੱਲ ਵੀ ਹੋਵੇਗੀ ਤੇ ਨਾਲ ਹੀ ਇੱਕ ਹੋਰ ਪੰਜਾਬ ਦਾ ਬੜਾ ਅਹਿਮ ਮੁੱਦਾ ਹੈ ਉਸ ਦੇ ਉੱਤੇ ਵੀ ਆਵਾਂਗੇ ਕਿਉਂਕਿ ਉਸ ਨਾਲ ਵੀ ਪੰਜਾਬ ਦੀ ਸਿਆਸਤ ਵੀ ਪ੍ਰਭਾਵਿਤ ਹੁੰਦੀ ਹੈ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਮੰਤਰੀ ਅਮਨ ਰੋੜਾ ਵਾਲੇ ਕੇਸ ਦੇ ਵਿੱਚ ਪਹਿਲਾਂ ਵੀ ਲੀਗਲ ਨੋਟਿਸ ਭੇਜੇ ਜਾ ਚੁੱਕੇ ਆ ਪਰ ਇਸ ਮਾਮਲੇ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਮੰਗ ਕਰ ਰਿਹਾ ਸੀ ਉੱਥੇ ਹੀ ਹੁਣ ਪੰਜਾਬ ਦੇ ਰਾਜਪਾਲ ਨੂੰ ਵੀ ਇੱਕ ਵਾਰੀ ਫੇਰ ਮੌਕਾ ਮਿਲ ਗਿਆ ਜਵਾਬ ਮੰਗਣ ਦਾ ਪੰਜਾਬ ਸਰਕਾਰ ਦੀ ਜਵਾਬ ਦੇਈ ਦਾ ਹੁਣ ਇਸ ਕਹੇ ਤੇਜਾ ਰਾਜਪਾਲ ਦੀ ਦਖਲ ਤੋਂ ਬਾਅਦ ਕੀ ਅਸਰ ਮੇਖਨ ਨੂੰ ਮਿਲ ਸਕਦਾ ਇਸ ਕੇਸ 'ਚ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਹਾਈ ਕੋਰਟ ਦਾ ਵਕੀਲ ਨੋਟਿਸ ਭੇਜੇ ਜਾਂ ਕੋਈ ਪ੍ਰੈਸ ਕਾਨਫਰੰਸ ਕਰੇ ਕੋਈ ਜਾਂ ਪੰਜਾਬ ਦੇ ਰਾਜਪਾਲ ਅਗਰ ਸਰਕਾਰ ਕੋ ਰਿਪੋਰਟ ਮੰਗਦੇ ਨੇ ਸਰਕਾਰ ਨੂੰ ਤੇ ਪਹਿਲੇ ਕਰ ਦੇਣਾ ਚਾਹੀਦਾ ਜਦ ਅਮਨ ਰੋੜਾ ਨੂੰ ਕਿਸੇ ਵੀ ਅਦਾਲਤ ਨੇ ਨਾਲ ਸੈਸ਼ਨ ਕੋਰਟ ਨੇ ਨਾ ਹਾਈ ਕੋਰਟ ਨੇ ਉਹਨਾਂ ਨੂੰ ਸਟੇ ਨਹੀਂ ਦਿੱਤੀ ਤੇ ਫਿਰ ਸੁਪਰੀਮ ਕੋਰਟ ਤੋਂ ਵੱਡੀ ਆਮ ਆਦੀ ਪਾਰਟੀ ਸਰਕਾਰ ਨਹੀਂ ਆ ਸੁਪਰੀਮ ਕੋਰਟ ਤੋਂ ਵੱਡੇ ਅਮਨ ਰੂੜਾ ਸਾਹਿਬ ਨਹੀਂ ਆ ਸੁਪਰੀਮ ਕੋਰਟ ਤੋਂ ਵੱਡੇ ਪੰਜਾਬ ਸਰਕਾਰ ਨਹੀਂ ਆ ਸੁਪਰੀਮ ਕੋਰਟ ਤੋਂ ਵੱਡੇ ਭਗਵੰਤ ਮਾਨ ਸਾਹਿਬ ਨਹੀਂ ਆ ਸੁਪਰੀਮ ਕੋਰਟ ਤੋਂ ਵੱਡੇ ਅਰਵਿੰਦ ਕੇਜਰੀਵਾਲ ਸਾਹਿਬ ਨਹੀਂ ਆ ਉਹਦੇ ਚ ਜਿਹੜਾ ਲਿਲੀ ਥੌਮਸ ਵਰਸਸ ਜੁਨੀਅਨ ਆਫ ਇੰਡੀਆ ਉਹਦੇ ਚ ਬੜੀ ਕਲੀਅਰ ਕਟ ਹਾਈ ਸੁਪਰੀਮ ਕੋਰਟ ਦੇ ਆਰਡਰ ਨੇ ਜਿਸ ਦਾ ਹਵਾਲਾ ਐਡਵੋਕੇਟ ਐਸ ਸੀ ਰੋੜਾ ਸਾਹਿਬ ਨੇ ਦਿੱਤਾ ਜਿਸ ਦਾ ਹਵਾਲਾ ਰਜਿੰਦਰ ਦੀਪਾ ਤੇ ਸ਼ਰਮਨਿਕਾਲੀ ਨੇ ਦਿੱਤਾ ਜਿਸ ਦਾ ਹਵਾਲਾ ਹੁਣ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਸ ਸਾਹਿਬ ਨੇ ਦਿੱਤਾ ਉਹਦੇ ਚ ਬੜੇ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਜੇ ਕਿਸੇ ਚੁਣੇ ਹੋਏ ਰਮੈਂਦੇ ਨੂੰ ਚਾਹੇ ਉਹ ਐਮ ਐਲ ਏ ਚ ਆਇਆ ਐਮ ਪੀ ਹੈ ਕੋਈ ਵੀ ਅਦਾਲਤ ਉਹਨਾਂ ਨੂੰ ਚਾਹੇ ਟ੍ਰਾਇਲ ਕੋਰਟ ਹੈ ਜੇ ਉਹਨਾਂ ਨੂੰ 2 ਸਾਲ ਜਾਂ 2 ਸਾਲ ਤੋਂ ਉੱਪਰ ਸਜ਼ਾ ਦਿੰਦੇ ਨੇ ਜੇ ਉਹਨਾਂ ਨੂੰ ਸਟੇ ਨਹੀਂ ਮ ਤੇ ਉਹਨਾਂ ਨੂੰ ਕੋਈ ਹੱਕ ਨਹੀਂ ਆ ਉਹ ਵਿਧਾਇਕ ਬਣ ਕੇ ਰਵੇ ਉਹ ਮੰਤਰੀ ਬਣ ਕੇ ਰਵੇ ਉਹ ਐਮਪੀ ਬਣ ਕੇ ਰਵੇ ਹੁਣ ਗੱਲ ਨੈਤਿਕਤਾ ਦੀ ਆ ਉਹ ਉਹ ਨੈਤਿਕਤਾ ਦਾ ਜਿਹੜਾ ਫਰਜ ਆ ਉਹ ਪੰਜਾਬ ਸਰਕਾਰ ਨਹੀਂ ਨਿਭਾਰੀ ਇਸ ਕਰਕੇ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਨਾ ਤੇ ਕਿਉਂਕਿ ਸਟੇ ਨਹੀਂ ਹੋਈ ਸਜ਼ਾ ਇਸ ਟਾਈਮ ਉਹ ਸਜ਼ਾ ਨਹੀਂ ਦੋਸ਼ੀ ਨੇ ਅਮਨ ਰੋੜਾ ਜਿਸ ਨੂੰ 2 ਸਾਲ ਦੀ ਸਜ਼ਾ ਹੋਈ ਆ ਇੱਕ ਦੋਸ਼ੀ ਕੋਲੋਂ ਤੁਸੀਂ ਦੇਸ਼ ਦਾ ਤਿਰੰਗਾ ਲਹਿਰਾਓਗੇ ਇੱਕ ਦੋਸ਼ੀ ਸਲਾਮੀ ਦੇਊਗਾ ਇੱਕ ਦੋਸ਼ੀ ਉੱਥੇ ਲੋਕਾਂ ਨੂੰ ਇਨਾਮ ਦੇਗਾ ਜਾਂ ਇੱਕ ਦੋਸ਼ੀ ਜਿਹੜੇ ਫ੍ਰੀडम फाइਟਰ ਜਾਂ ਜਿਹੜੇ ਹੋਰ ਵਿਦਵਾਵਾਂ ਹੁੰਦੀਆਂ ਉਹਨਾਂ ਨੂੰ ਸਲਾਈ ਮਸ਼ੀਨਾਂ ਵੰਡੂ ਅੰਮ੍ਰਿਤਸਰ ਦੇ ਵਿੱਚ ਅਮਨ ਰੋੜਾ ਇੱਕ ਦੋਸ਼ੀ ਆ ਜਿਸ ਨੂੰ 2 ਸਾਲ ਦੀ ਚੁੱਕੀ ਤਾਂ ਕੀ ਇੱਕ ਦੋਸ਼ੀ ਨੂੰ ਕੈਬਨਿਟ ਦੇ ਵਿੱਚ ਬਿਠਾਉਣਾ ਜਾਇਜ਼ ਆ ਕੀ ਇੱਕ ਦੋਸ਼ੀ ਕੋਲ ਦੇਸ਼ ਦਾ ਤਿਰੰਗਾ ਜਿਹੜਾ ਹਜ਼ਾਰਾਂ ਕੁਰਬਾਨੀਆਂ ਦੇਣ ਤੋਂ ਬਾਅਦ ਦੇਸ਼ ਦਾ ਤਿਰੰਗਾ ਇਸ ਧਰਤੀ ਤੇ ਚੜਿਆ ਅੰਗਰੇਜ਼ਾਂ ਦਾ ਗੁਲਾਮੀ ਜਿਹੜੀ ਅਸੀਂ ਕੱਟੀ ਆ ਤੇ ਕੀ ਉਹਦੇ ਨੂੰ ਜਿਹੜੇ ਦੋਸ਼ੀ ਲੋਕੇ ਤਿਰੰਗੇ ਨੂੰ ਤਿਰੰਗਾ ਲਰਾਉਣਗੇ ਇਹ ਸਵਾਲ ਰਾਜਪਾਲ ਬਨਵਾਰੀ ਲਾਲ ਭਰੋਸਾਬ ਨੇ ਚੁੱਕਿਆ ਤਾਂ ਹੀ ਗੱਲਾਂ ਹੋ ਰਹੀਆਂ ਹਨ ਵਿਰੋਧੀ ਸਿਆਸੀ ਚਾਹੇ ਕਿਹੜੀ ਵੀ ਪਾਰਟੀ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਅੱਜ ਕੱਲ ਰਜਿੰਦਰ ਦੀਪਾ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨੇ ਉਹ ਵਾਰ-ਵਾਰ ਕਹੇ ਆ ਕਿ ਪਹਿਲੀ ਗੱਲ ਨਹੀਂ ਆ ਇਸ ਤੋਂ ਕਨਫਰੰਸ ਚੋਈ ਕਹਿੰਦੇ ਵੀ ਪਹਿਲਾਂ ਵੀ ਕਈ ਲੀਡਰ ਮੁੱਖ ਮੰਤਰੀ ਸਾਹਿਬ ਨੇ ਜਾਂ ਪੰਜਾਬ ਸਰਕਾਰ ਨੇ ਆਪਣੀ ਬੁੱਕਲ ਚ ਲੈ ਕੇ ਬਚਾ ਲਏ ਆ ਚਾਹੇ ਉਹ ਕਟਾਰੂ ਚੱਕ ਹੋਣ ਜਾਂ ਇਸ ਤੋਂ ਪਹਿਲਾਂ ਫੌਜਾ ਸਿੰਘ ਸਰਾਰੀ ਹੋਣ ਜਾਂ ਫਿਰ ਸਿੰਗਲਾ ਸਾਹਿਬ ਹੋਣ ਦੇਖੋ ਸਭ ਤੋਂ ਵੱਡੀ ਗੱਲ ਸੰਦੀਪ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਰਜਿੰਦਰ ਸਿੰਘ ਦੀਪਾ ਸਵਾਲ ਰਜਿੰਦਰ ਸਿੰਘ ਦੀਪਾ ਦਾ ਨਹੀਂ ਆ ਸਵਾਲ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਆ ਸਵਾਲ ਦੇਸ਼ ਦੇ ਸੰਵਿਧਾਨ ਦਾ ਸਵਾਲ ਦੇਸ਼ ਦੇ ਵਿਧਾਨ ਦਾ ਸਵਾਲ ਦੇਸ਼ ਦੀ ਸੁਪਰੀਮ ਕੋਰਟ ਦਾ ਉਹ ਕੀ ਕਹਿੰਦੇ ਨੇ ਉਹਦੇ ਚਾਹੇ ਕਿ ਗਦੋਸ਼ੀ ਨੂੰ ਬਾਹਰ ਕੱਢਣਾ ਚਾਹੀਦਾ ਦੋਸ਼ੀ ਐਮਐਲਏ ਨਹੀਂ ਬਣਨਾ ਚਾਹੀਦਾ ਹੈਗਾ ਦੋਸ਼ੀ ਕੈਬਨਟ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲੈ ਸਕਦਾ ਸਵਾਲ ਉਹ ਵੱਡਾ ਔਰ ਆਮ ਆਦੀ ਪਾਰਟੀ ਨੇ ਤੇ ਸਾਰਿਆਂ ਨੂੰ ਨੈਤਿਕਤਾ ਦਾ ਪਾੜ ਪੜਾਉਂਦਰੀ ਹੈ ਇਹ ਤਾਂ ਕਹਿ ਰਹੇ ਨੇ ਸਾਡੇ ਤੋਂ ਵੱਡਾ ਕੋਈ ਕੱਟ ਇਮਾਨਦਾਰ ਨਹੀਂ ਇਹ ਤਾਂ ਕਹਿੰਦੇ ਸਾਡੇ ਤੋਂ ਵੱਡਾ ਕਿਸੇ ਕਿਸੇ ਨੈਤਿਕ ਕਦਰਾਂ ਕੀਮਤਾਂ ਕਿਸੇ ਹੋਰ ਪਾਰਟੀ ਚ ਨਹੀਂ ਹੈ ਨਿੱਜੀ ਤੌਰ ਤੇ ਨਹੀਂ ਹੈ ਤੇ ਜੇ ਆਪਣੀ ਵਾਰੀ ਲੋੜ ਪੈ ਗਈ ਤਾਂ ਤੁਸੀਂ ਕਹਿੰਦੇ ਕਿ ਨਹੀਂ ਕੋਈ ਕਦਰਾਂ ਕੀਮਤਾਂ ਦੀ ਕੋਈ ਵਿਧਾਨ ਦੀ ਕੋਈ ਸੰਵਿਧਾਨ ਦੀ ਕੋਈ ਦੇਸ਼ ਦੀ ਏਜੰਸੀ ਦੀ ਕੋਈ ਪਰਵਾਹ ਨਹੀਂ ਹੈ ਹੁਣ ਸਵਾਲ ਹੈ ਕਿ ਇਹੋ ਹੀ ਡਾਕਟਰ ਬਲਬੀਰ ਸਿੰਘ ਹੀ ਜਿਹੜੇ ਜਿਹੜ ਹੌਣ ਹੈਲਥ ਮੰਤਰੀ ਨੇ ਉਹਨਾਂ ਨੂੰ ਵੀ ਇੱਕ ਪਰਿਵਾਰਕ ਝਗੜੇ ਦੇ ਵਿੱਚ 3 ਸਾਲ ਦੀ ਸਜ਼ਾ ਹੋ ਗਈ ਸੀ ਉਹ ਠੀਕ ਹੈ ਵੱਖਰੀ ਗੱਲ ਹੈ ਕਿ ਉਹਨਾਂ ਨੂੰ ਸਟੇ ਮਿਲ ਗਿਆ ਉਹਨਾਂ ਮੰਨ ਰੋਣਾ ਨੂੰ ਉਹਦੇ ਸਟੇਵ ਨਹੀਂ ਮਿਲਿਆ ਹੁਣ ਇੱਕ ਦੋਸ਼ੀ ਕੈਬਨਟ ਦੇ ਵਿੱਚ ਬੈਠੇ ਰੌਲਾ ਇਸ ਗੱਲ ਦਾ ਹੁਣ ਗਵਰਨਰ ਸਾਹਿਬ ਨੇ ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਮੈਨੂੰ ਡਿਟੇਲ ਭੇਜੀ ਜਾਵੇ ਤੁਸੀਂ ਹੁਣ ਤੱਕ ਹਟਾਇਆ ਕਿਉਂ ਨਹੀਂ ਆ ਕੀ ਅਸੀਂ ਹੋਰ ਕੋਈ 26 ਜਨਵਰੀ ਝੰਡਾ ਲਰਾ ਸਕਦੇ ਇਹਦੇ ਨਾਟਕਤਾ ਦੀ ਚੀਰ ਫਾੜ ਹੋ ਗਿਆ ਇਸ ਵਾਰੀ ਆਸ ਰੱਖੀ ਜਾਵੇ ਮੁੱਖ ਮੰਤਰੀ ਸਾਹਿਬ ਜਿਵੇਂ ਜਵਾਬ ਮੰਗਿਆ ਗਿਆ ਉਸੇ ਢੰਗ ਨਾਲ ਭੇਜਣਗੇ ਜਾਂ ਪਹਿਲਾਂ ਸਾਰੇ ਰੂਪ ਵਿੱਚ ਆ ਸਕਦੇ ਆ ਜਿਵੇਂ ਪਹਿਲਾਂ ਤਲਖੀਆਂ ਚੱਲਦੀਆਂ ਰਹੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਗਵਰਨਰ ਨੂੰ ਜਵਾਬ ਭੇਜੇਗੀ ਮੈਨੂੰ ਲੱਗਦਾ ਕਿ ਉਹਨੂੰ ਕੈਬਨਟ ਮੰਤਰੀ ਤੋਂ ਬਾਹਰ ਕੱਢਿਆ ਜਾਊਗਾ ਹਾਲਾਂਕਿ ਸਾਰੀ ਦੁਨੀਆ ਨੂੰ ਪਤਾ ਕਿ ਅਮਲ ਰੋੜਾ ਔਰ ਭਗਵੰਤ ਮਾਨ ਸਾਹਿਬ ਦੀ ਨਹੀਂ ਬੰਦੀ ਹੈ ਸਾਰੀ ਦੁਨੀਆ ਨੂੰ ਪਤਾ ਕਿ 36 ਦਾ ਅੰਗੜਾ ਹੈਗਾ ਲੇਕਿਨ ਅਮਲ ਰੋੜਾ ਦੇ ਉੱਪਰ ਹੱਥ ਕਿਹਦਾ ਹੈਗਾ ਦਿੱਲੀ ਵਾਲਿਆਂ ਦੇ ਤੇ ਇਸ ਕਰਕੇ ਦਿੱਲੀ ਵਾਲੇ ਕਦੇ ਵੀ ਨਹੀਂ ਚਾਹਣਗੇ ਕਿ ਉਹਨਾਂ ਦਾ ਬੰਦੇ ਦੀ ਛੁੱਟੀ ਹੋਵੇ ਕੈਬਨਟ ਦੇ ਵਿੱਚੋਂ ਹੁਣ ਇਹ ਸਵਾਲ ਹੈ ਕਿਉਂਕਿ ਇਸੇ ਕਰਕੇ ਸਪੀਕਰ ਸਭ ਤੋਂ ਮੋੜਲਾ ਸਪੀਕਰ ਸਾਹਿਬ ਵੀ ਸਪੀਕਰ ਸਾਹਿਬ ਨੂੰ ਵੀ ਉਹਨਾਂ ਨੇ ਚਿੱਠੀ ਭੇਜੀ ਆ ਕਿਉਂਕਿ ਮੈਂਬਰਸ਼ਿਪ ਰੱਦ ਹੋਊਗੀ ਤੇ ਫਿਰ ਆਪ ਆਟੋਮੈਟਿਕ ਜਦ ਬੰਦਾ ਐਮਐਲਏ ਨਹੀਂ ਰਹੇਗਾ ਉਹ ਮੰਤਰੀ ਵੀ ਨਹੀਂ ਰਹਿ ਸਕਦਾ ਹੈ ਨਾ ਪਰ ਇਹ ਕਿ ਵਿਧਾਨ ਨੂੰ ਸੰਵਿਧਾਨ ਨੂੰ ਦੇਸ਼ ਦੀਆਂ ਸਰਕਾਰਾਂ ਨੇ ਚੁਣੌਤੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹੈ ਇਹ ਜਿਹੜਾ ਸੰਵਿਧਾਨ ਹੈ ਅਸੀਂ ਲੀਰੋ ਲੀਰ ਕਰ ਦਿੱਤਾ ਹੈ ਜਿਹਾ ਸਰਕਾਰਾਂ ਨੇ ਸਵਾਲ ਉਸ ਵੱਡਾ ਕਿ ਇੱਕ ਪਾਸੇ ਅਸੀਂ ਸੰਵਿਧਾਨ ਦੀ ਸੌਂ ਚੁੱਕਦੇ ਹੈਗੇ ਨੇ ਫਿਰ ਦੂਜੇ ਪਾਸੇ ਅਸੀਂ ਸੰਵਿਧਾਨ ਦੀ ਪਰਵਾਹ ਨਹੀਂ ਕਰਦੇ ਫਿਰ ਇਸ ਸੰਵਿਧਾਨ ਨੂੰ ਟਿਚਰਾਂ ਕਰਦੇ ਹੈਗੇ ਰੋਲਾ ਉਸ ਚੀਜ਼ ਦਾ ਹੈਗਾ ਇਸ ਕਰਕੇ ਗਵਰਨਰ ਸਾਹਿਬ ਨੂੰ ਦੇਖੋ ਜੇ ਭਗਵੰਤ ਮਾਨ ਸਾਹਿਬ ਜਵਾਬ ਦੇ ਦਿੰਦੇ ਨੇ ਤੇ ਫਿਰ ਚੰਗੀ ਗੱਲ ਹੈ ਕਿ ਇੱਕ ਗਵਰਨਰ ਕਿਉਂਕਿ ਗਵਰਨਰ ਰਾਈਟ ਆਏਗਾ ਕਿਉਂਕਿ ਜੋ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਤੇ ਗਵਰਨਰ ਦੇ ਹੋਈ ਮਸਲਾ ਉਹਦੇ ਸੁਪਰੀਮ ਕੋਰਟ ਨੇ ਕਲੀਅਰ ਕਟ ਕੀਤਾ ਕਿਹਾ ਸੀ ਕਿ 167 ਜਿਹੜਾ ਆਰਟੀਕਲ ਆ ਉਹਦੇ ਵਿੱਚ ਜਿਹੜੀ ਸੂਬਾ ਸਰਕਾਰ ਆ ਉਹ ਗਵਰਨਰ ਨੂੰ ਜਵਾਬ ਦੇ ਆ ਜੇ ਗਵਰਨਰ ਕਿਸੇ ਵੀ ਸਟੇਟ ਦਾ ਹੋਵੇ ਜੇ ਉਹ ਸਰਕਾਰ ਕੋਈ ਜਾਣਕਾਰੀ ਮੰਗਦਾ ਸਰਕਾਰ ਨੂੰ ਫੌਰਨ ਜਾਣਕਾਰੀ ਦੇਣੀ ਚਾਹੀਦੀ ਹੁਣ ਇਹ ਸਾਰੇ ਜਿਹੜੇ ਆਰਡਰ ਆ ਹੁਣ ਸਰਕਾਰ ਦਾ ਕੀ ਇਹਦੇ ਚ ਲੱਗਣਾ ਹਿੰਗ ਨਾ ਫਟਗੜੀ ਜਿਹੜੀ ਟ੍ਰਾਇਲ ਕੋਰਟ ਆਮ ਨੇ ਅਮਨ ਰੋੜਾ ਨੂੰ ਦੋਸ਼ੀ ਠਰਿਆ ਹੈਗਾ ਉਹ ਸਾਰੀ ਡਿਟੇਲ ਇੱਕ ਰਿਪੋਰਟ ਕਰਕੇ ਤਿਆਰ ਭੇਜ ਦੇ ਨੇ ਹੁਣ ਇਹਦੇ ਚ ਗਵਰਨਰ ਕਰਦੇ ਕਿ ਨਹੀਂ ਕਰਦੇ ਕਿਉਂਕਿ ਅੱਜ ਹੀ ਇੱਕ ਫੈਸਲਾ ਸੁਪਰੀਮ ਕੋਰਟ ਨੇ ਤਾਮਲ ਆਡੂ ਦੇ ਇੱਕ ਮੰਤਰੀ ਨੇ ਥੋਮਸ ਕਰਕੇ ਨੇ ਉਹਨਾਂ ਦੇ ਨਾਲ ਵੀ ਇਸ ਮਸਲੇ ਭ੍ਰਿਸ਼ਟਾਚਾਰ ਦਾ ਕੇਸ ਚਲੋ ਇਹਨਾਂ ਦੇ ਦਾ ਲੜਾਈ ਝਗੜਾ ਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਉਹ ਕਹਿੰਦੇ ਸੁਪਰੀਮ ਕੋਰਟ ਕਹਿੰਦੀ ਹੈਗੀ ਹੈ ਕਿ ਚੀਫ ਮਿਨਿਸਟਰ ਨੇ ਡਿਸਾਈਡ ਕਰਨਾ ਕਿ ਇਹੋ ਜੇ ਬੰਦੇ ਨੂੰ ਕੈਬਨਿਟਰ ਦੇ ਵਿੱਚ ਰੱਖਣਾ ਕਿ ਨਹੀਂ ਰੱਖਣਾ ਹੁਣੇ ਭਗਵੰਤ ਮਾਨ ਸਾਹਿਬ ਨੇ ਦੇਖਣਾ ਕਿ ਤੁਸੀਂ ਉਸ ਵਿਧਾਨ ਦੀ ਸੰਵਿਧਾਨ ਦੀ ਪਾਲਣਾ ਕਰਦੇ ਕਿ ਨਹੀਂ ਕਰਦੇ ਤੁਸੀਂ ਅਮਨ ਰੋੜਾ ਸਾਹਿਬ ਨੂੰ ਰੱਖਣਾ ਕਿ ਨਹੀਂ ਰੱਖਣਾ ਦੂਜੀ ਗੱਲ ਜਿਹੜਾ ਤੁਸੀਂ ਕਿਹਾ ਸੀ ਕਿ ਰਜਿੰਦਰ ਸਿੰਘ ਦੀ ਰਜਿੰਦਰ ਦੀਪਾ ਕਹਿ ਰਹੇ ਨੇ ਕਿ ਇਹਨਾਂ ਨੇ ਪਹਿਲਾਂ ਵੀ ਆਪਣੇ ਪਾਲਕੇ ਰੱਖੇ ਨੇ ਸੋ ਸੱਚਾਈ ਹੈ ਜਿਹੜੇ ਲਾਲਚੰਦ ਘਟਾਰੂ ਚੱਕ ਵਾਲਾ ਰੌਲਾ ਪਿਆ ਸੀ ਇੱਕ ਹੋਰ ਮਨਿਸਟਰ ਦਾ ਰੌਲਾ ਪਿਆ ਸੀ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਵਾਰ-ਵਾਰ ਕਹਿ ਰਹੇ ਕਿ ਮੇਰ ਕੋ ਫਿਲਮ ਲੈ ਲਓ ਦੇਖ ਲਓ ਤੁਹਾਡੇ ਮੰਤਰੀ ਕੀ ਕਰ ਰਹੇ ਨੇ ਉਹ ਮੰਤਰੀ ਬਾਹਰ ਦੀ ਬਾਹਰ ਸੌਦਾ ਕਰ ਗਿਆ ਕਿਸੇ ਦੇ ਨਾਲ ਠੀਕ ਹੈ ਇਹੋ ਜੇ ਬੰਦੇ ਇਹੋ ਜੇ ਬੰਦੇ ਅਗਰ ਸਾਡੀ ਪੰਜਾਬ ਸਰਕਾਰ ਦੇ ਇਹ ਪੰਜਾਬ ਸਰਕਾਰ ਨਹੀਂ ਹੈ ਇਹ 3 ਕਰੋੜ ਲੋਕਾਂ ਦੇ ਮੰਤਰੀ ਨੇ ਤੇ ਜੇ ਅਸੀਂ ਇਹੋ ਜੇ ਦਾਗੀ ਬੰਦੇ ਆਪਣੇ ਰੋਲ ਮਾਡਲ ਥੋੜਾ ਉਸਦੇ ਪੰਜਾਬ ਦੇ ਕੱਲ ਨੂੰ ਸਾਡੇ ਜਿਹੜੇ ਨਵੇਂ ਬੱਚੇ ਪੋਲਿਟਿਕਸ ਦੇ ਵਿੱਚ ਆਉਣਗੇ ਉਹ ਕੀ ਕਹਿਣਗੇ ਕਿ ਜਿਹੜੀ 2022 ਦੇ ਵਿੱਚ ਸਰਕਾਰ ਚੋਂ ਨੇ ਉਹਦੇ ਚ ਕਿਹੇ ਜੀ ਵੀਡੀਓ ਫਿਲਮ ਅਸ਼ਲੀਲ ਫਿਲਮਾਂ ਬਣਦੀਆਂ ਨੇ ਦੂਜੇ ਨੂੰ ਕੋਟ ਦਾਗੀ ਕਰਾਰ ਦੇ ਦਿੰਦੀ ਹੈ ਦੋਸ਼ੀ ਕਰਾਰ ਦੇ ਤੇ ਫਿਰ ਅਸੀਂ ਵੀ ਕੈਬਨਿਟ ਦੇ ਵਿੱਚ ਰੱਖਦੇ ਮੰਤਰੀ ਜਦੋਂ ਇਤਿਹਾਸ ਲਿਖਿਆ ਜਾਊਗਾ ਕੀ ਉਸ ਇਤਿਹਾਸ ਦੇ ਵਿੱਚ ਲੋਕੀ ਪੰਜਾਬ ਸਰਕਾਰ ਨੂੰ ਇਸ ਨੂੰ ਮਾਫ਼ ਕਰਨਗੇ ਇਸ ਕਰਕੇ ਚਾਹੀਦਾ ਕਿ ਜੋ ਕਾਨੂੰਨ ਕਹਿੰਦਾ ਉਸ ਮੁਤਾਬਕ ਭਗਵੰਤ ਸਿੰਘ ਸਾਹਿਬ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਦੇਖੋ ਜੇ ਤੁਸੀਂ ਸੋਚ ਚੁੱਕੀ ਨਾ ਸਵਧਾਨ ਦੀ 16 ਮਾਰਚ 2022 ਨੂੰ ਸ਼ਹੀਦ ਆਜ਼ਮ ਸਰਦਾਰ ਭਗ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ ਦੇ ਵਿੱਚ ਤੇ ਘਟੋ ਘਟ ਉਹਨਾਂ ਲੋਕਾਂ ਵੱਲੋਂ ਸਾਨੂੰ ਦਿੱਤੀ ਹੋਈ ਆਜ਼ਾਦੀ ਦੀ ਤੇ ਕਦਰ ਕਰੋ ਨਾ ਉਸ ਕੇਸਰੀ ਪੱਗ ਦੀ ਤੇ ਕਦਰ ਕਰੋ ਨਾ ਜਿਹੜੀ ਕੇਸਰੀ ਪੱਗ ਤੁਸੀਂ ਸਾਰਿਆਂ ਨੇ ਸਿਰ ਤੇ ਸਜਾਈਆਂ ਨੇ ਘਟੋ ਘਟ ਉਹਨੂੰ ਧਿਆਨ ਵਿੱਚ ਰੱਖਦੇ ਜਦੋਂ ਤੁਸੀਂ ਪੱਗ ਲਾਉਂਦੇ ਹੋਗੇ ਤੇ ਉਹ ਪੱਗ ਤੁਹਾਨੂੰ ਕਹਿੰਦੀ ਨਹੀਂ ਹੋਏਗੀ ਆਮਾਦੀ ਪਾਰਟੀ ਵਾਲੇ ਕੀ ਯਾਰ ਅਸੀਂ ਅੱਜ ਕਿਹੜਾ ਕੰਮ ਕਰਕੇ ਅੱਜ ਅਸੀਂ ਕਿੰਨੇ ਚੰਗੇ ਕੰਮ ਕੀਤੇ ਕਿੰਨੇ ਬਾੜੇ ਕੀਤੇ ਨੇ ਤੇ ਕੀ ਇਹ ਬਾੜਿਆਂ ਦੇ ਵਿੱਚ ਕੰਮ ਨਹੀਂ ਹੁੰਦਾ ਕਿ ਜਦ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਇੱਕ ਮਿਨਿਸਟਰ ਨੂੰ ਤੇ ਤੁਸੀਂ ਉਹਨੂੰ ਅੱਜ ਵੀ 21 ਦਸੰਬਰ ਦੀ ਗੱਲ ਹੋ ਗਈ ਨੇ ਤੇ ਅੱਜ ਕਿੰਨੇ ਦਿਨ ਹੋ ਗਏ ਨੇ ਘਟੋੜ 15 ਦਿਨ ਹੋ ਗਏ ਨੇ 15 ਦਿਨ ਦੇ ਵਿੱਚ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਤੇ ਕਿਵੇਂ ਕਿੰਨਾ ਚਿਰ ਬਚਾਲੋਗੇ ਤੁਸੀਂ ਬਚਾਲੋਗੇ ਪਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸਰਕਾਰ ਡਿੱਗ ਰਹੀ ਨਾ ਬੰਦਾ ਕਹਿੰਦੇ ਕਿ ਨਜ਼ਰਾਂ ਤੋਂ ਡਿੱਗਿਆ ਹੋਇਆ ਬੰਦਾ ਕਦੀ ਉੱਠ ਨਹੀਂ ਸਕਦਾਗਾ ਨਾ ਤੇ ਫਿਰ ਤੁਹਾਨੂੰ ਲੋਕੀ ਤੁਹਾਡੀ ਜਮੀਰ ਵੀ ਹੈਗੇ ਨੇ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਕਾਨੂੰਨ ਆ ਜੇ ਤੁਸੀਂ ਕਾਨੂੰਨ ਦੀ ਪਾਲਣਾ ਕਰਦੇ ਹੋ ਜਿਸ ਕਾਨੂੰਨ ਦੀ ਤੁਸੀਂ ਸੌਂ ਚੁੱਕਦੇ ਹੋ ਜਿਸ ਕਾਨੂੰਨ ਦਾਣ ਦੀ ਜਿਸ ਨੇ ਸੰਵਿਧਾਨ ਬਣਾਇਆ ਬਾਬਾ ਸਾਹਿਬ ਦੀ ਫੋਟੋ ਲੱਗੀ ਜੇ ਤੁਸੀਂ ਉਹਦੀ ਕਦਰ ਕਰਦੇ ਹੋ ਹੈ ਪੀ ਸਾਡੇ ਰਾਸ਼ਟ ਸਾਡਾ ਸੰਵਿਧਾਨ ਨਿਰਮਾਤਾ ਇਹਨਾਂ ਬਣਾਇਆ ਤੇ ਜੇ ਬਾਬਾ ਸਾਹਿਬ ਦੀ ਵਾਕਏ ਤੁਹਾਡੇ ਨਜ਼ਰਾਂ ਦੇ ਵਿੱਚ ਤੁਹਾਡੇ ਦਿਲ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਰਿਸਪੈਕਟ ਹੈ ਤੇ ਫਿਰ ਉਹਨਾਂ ਵੱਲੋਂ ਤਿਆਰ ਕੀਤਾ ਹੋਇਆ ਸੰਵਿਧਾਨ ਦੇ ਵਿੱਚ ਇਹ ਲਿਖਿਆ ਕਿ ਜੇ ਕੋਈ ਬੰਦਾ ਐਮਐਲਏ ਜਾਂ ਮੰਤਰੀ ਦੋਸ਼ੀ ਪਾਇਆ ਜਾਂਦਾ ਹੈਗਾ ਉਹ ਕੈਬਨਿਟ ਦਾ ਹਿੱਸਾ ਨਹੀਂ ਰਹਿ ਸਕਦੇ ਇੱਕ ਪਾਸੇ ਤੇ ਇਹ ਗੱਲਾਂ ਹੋ ਰਹੀਆਂ ਕਿ ਅਦਾਲਤ ਸਜ਼ਾ ਸੁਣਾ ਦੇਵੇ ਤੇ ਤਾਂ ਵੀ ਕੋਈ ਕਾਰਵਾਈ ਨਹੀਂ ਇੱਕ ਪਾਸੇ ਅੱਧੀ ਰਾਤ ਨੂੰ ਰਾਤ ਦੇ 2 ਵਜੇ ਹੁਣ ਤੇ ਐਫਆਈਆਰ ਦਰਜ ਕਰਮੀ ਪੈ ਜਾਂਦੀ ਹੈ ਪੰਜਾਬ ਪੁਲਿਸ ਨੂੰ ਕਿਸ ਦੇ ਕਹਿਣ ਤੇ ਹੋਈ ਕਿਵੇਂ ਹੋਈ ਆਧਾਰ ਕਿਵੇਂ ਬਣਿਆ ਇਹਦੇ ਬਾਰੇ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਪੰਜਾਬ ਸਰਕਾਰ ਮੈਂ ਗੱਲ ਕਰ ਰਿਹਾ ਸੁਖਪਾਲ ਸਿੰਘ ਖੈਰਾ ਦੇ ਨਵੇਂ ਹੋਏ ਪਰਚੇ ਦਰਜ ਦੀ ਸਲੀਪ ਸਭ ਤੋਂ ਵੱਡੀ ਗੱਲ ਇਹ ਕਿ ਦੇਖੋ ਪੰਜਾਬ ਪੁਲਿਸ ਮੈਂ ਪਹਿਲੀ ਵਾਰ ਦੇਖੀ ਕਿ ਐਡੀ ਹਰਕਤ ਦੇ ਵਿੱਚ ਆ ਗਿਆ ਲੋਕੀ ਤੱਕੇ ਖਾਂਦੇ ਨੇ ਲੋਕੀ ਅਦਾਲਤਾਂ ਦੇ ਵਿੱਚ ਜਾਂਦੇ ਨੇ ਕਿ ਪਰਚਾ ਦਰਜ ਨਹੀਂ ਕਰਦੀ ਤੇ ਇਹ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਅੱਧੀ ਰਾਤ 2:30 ਵਜੇ ਉਹ ਧੰਨ ਐਸਐਚਓ ਹੋਊਗਾ ਧੰਨ ਐਸਐਸਪੀ ਕਪੂਰਥਲਾ ਹੋਊਗਾ ਉਹ ਧੰਨ ਮੁੰਚੀ ਹੋਊਗਾ ਜਿਨ੍ਹਾਂ ਨੇ ਪਰਚਾ ਦੀ ਰਾਤ ਕਿਤੇ 2:30 ਵਜੇ 2:30 ਵਜੇ ਤੇ ਪੁਲਿਸ ਵਾਲੇ ਵੱਡੀ ਹੋਈ ਉਂਗਲ ਤੇ ਨਹੀਂ ਮੂਤਦੇ ਆਗੇ ਚੌਂਕੀ ਬੰਦ ਹੁੰਦੀ ਆ ਮੁੰਚੀ ਦਾ ਨੂੰ ਅੰਦਰ ਸਿਪਾਈ ਜਿਹੜਾ ਸੰਤਰੀ ਦਾ ਅੰਦਰ ਹੀ ਜਾਂਦਾ ਹੁੰਦਾ ਥਾਣੇ ਦੇ ਵਿੱਚ ਇਸ ਟਾਈਮ ਕੌਣ ਹੁਣ ਦੇਖੋ 2:30 ਵਜੇ ਪੁਲਾਥਾ ਥਾਣੇ ਦੇ ਵਿੱਚ ਪਰਚਾ ਦਰਜ ਕਰ ਦਿੱਤਾ ਔਰ ਸਭ ਤੋਂ ਵੱਡੇ ਜਿਹੜਾ ਪਰਚਾ ਦਰਜ ਕੀਤਾ ਗਿਆ 195 ਇਹ ਜਾਂ 197 ਉਹ ਕੀ ਕਹਿੰਦੇ ਨੇ ਉਹ ਵੱਖ-ਵੱਖ ਦੇਸ਼ ਦੀਆਂ ਅਦਾਲਤਾਂ ਦੀ ਗੱਲ ਜੀਤੇ ਦਿਨ ਹੀ ਹਾਈ ਕੇਰਲਾ ਹਾਈ ਕੋਰਟ ਦੀ ਹੈ ਜਾਂ ਸੁਪਰੀਮ ਕੋਰਟ ਦੇ ਵਿੱਚ ਆ ਹੋਰ ਵੀ ਅਦਾਲਤਾਂ ਦੇ ਵਿੱਚ ਫੈਸਲੇ ਆਏ ਨੇ ਕਿ ਜਿਹੜਾ ਇਹ ਵਾਲਾ ਜਿਸ ਤੇ ਪੰਜਾਬ ਪੁਲਿਸ ਨੂੰ ਕੋਈ ਰਾਈਟ ਨਹੀਂ ਆ ਕਿਸੇ ਵੀ ਸਟੇਟ ਜਿਹੜਾ ਪਰਚਾ ਦਰਜ ਕੀਤਾ ਗਿਆ ਨਾ 197 ਕਿ 195 195 ਕਿਸੇ ਵੀ ਸਟੇਟ ਪੁਲਿਸ ਕੋ ਰਾਈਟ ਨਹੀਂ ਹੈਗਾ ਇਹ ਰਾਈਟ ਹੈਗਾ ਕੋਰਟ ਕੋਲ ਤੇ ਕੀ ਪੰਜਾਬ ਪੁਲਿਸ ਨੂੰ ਕੋਰਟ ਤੋਂ ਵੱਡੀ ਹੋ ਗਈ ਇਹ ਹੁੰਦਾ ਕਿ ਕਿਸੇ ਤੋਂ ਹੀ ਗਵਾ ਨੂੰ ਧੱਕੇ ਨਾਲ ਧਮਕੀਆਂ ਦਾ ਮਕਰੋਣਾ ਜਾਂ ਭੁਗਤੌਣਾ ਉਹ ਵਾ ਉਹ ਅਦਾਲਤਾਂ ਸੰਭਲ ਲੈਂਦੀਆਂ ਨੇ ਇੱਕ ਥਾਣੇ ਦਾ ਐਸਐਚਓ ਜਾਂ ਇੱਕ ਜ਼ਿਲ੍ਹੇ ਦਾ ਐਸਐਸਪੀ ਨਹੀਂ ਸੰਭਲ ਲੈਂਦਾ ਹੈ ਇਹਦਾ ਮਤਲਬ ਵੀ ਪੰਜਾਬ ਪੁਲਿਸ ਤੇ ਪ੍ਰੈਸ਼ਰ ਆ ਹੁਣ ਸਵਾਲ ਹੈ ਕਿ ਸੁਪਾਲ ਸਿੰਘ ਖਹਿਰਾ ਤੇ ਕਿਉਂ ਪਰਚੇ ਦਰਜ ਹੋਏ ਕਿਉਂਕਿ ਸੁਪਾਲ ਸਿੰਘ ਖਹਿਰਾ ਹੀ ਬੋਲ ਰਹੇ ਹੈਗੇ ਸਰਕਾਰ ਖਿਲਾਫ ਕਾਂਗਰਸ ਪਾਰਟੀ ਵੱਲੋਂ ਜੇ ਖੁੱਲ ਕੇ ਬੋਲਦੇ ਨੇ ਜਾਂ ਸੀਐਮ ਸਾਹਿਬ ਨੂੰ ਚੁਣੌਤੀ ਦੇ ਰਹੇ ਨੇ ਚਾਹੇ ਸਿਆਸੀ ਤੌਰ ਤੇ ਜਾਂ ਨਿੱਜੀ ਤੌਰ ਤੇ ਉਹ ਸੁਪਾਲ ਸਿੰਘ ਖਹਿਰਾ ਰੜਕਦਾ ਹੈਗਾ ਉਹ ਕਾਬੂ ਕਰ ਲਿਆ ਇਹਨਾਂ ਨੇ ਪਹਿਲਾਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ ਪਰ ਪੁਲਿਸ ਇੰਟੈਲੀਜੈਂਸ ਨੂੰ ਪਹਿਲਾਂ ਹੀ ਪਤਾ ਲੱਗਿਆ ਇਹਦਾ ਮਤਲਬ ਹੈ ਕੋਰਟ ਨੇ ਫੈਸਲਾ ਅਗਲੇ ਦਿਨ ਸੁਣਾਉਣਾ ਸੀ ਉਹਨਾਂ ਨੂੰ ਪ ਲੱਗਿਆ ਕਿ ਜਮਾਨਤ ਮਿਲ ਰਹੀ ਹੈ ਗਿਆ ਤੇ ਪੰਜਾਬ ਪੁਲਿਸ ਦੀ ਜਿਹੜੀ ਇੰਟੈਲੀਜੈਂਸ ਵਿੰਗ ਹੈ ਉਹਨਾਂ ਨੇ ਸਰਕਾਰ ਨੂੰ ਦੱਸਤਾ ਸਰਕਾਰ ਨੇ ਅੱਧੀ ਰਾਤ ਥਾਣਾ ਖਲਾ ਦਿੱਤਾ ਤੇ ਪਰਚਾ ਦਰਜ ਕਰ ਦਿੱਤਾ ਗਿਆ ਇਹ ਪੰਜਾਬ ਸਰਕਾਰ ਇਹ ਸਮਝ ਰਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਤੇ ਲਗਾਤਾਰ ਜਿਹੜੀ ਕਾਰਵਾਈ ਹੋ ਰਹੀ ਹੈ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਹੈ ਜਾਂ ਕਾਨੂੰਨ ਤੋਂ ਬਾਹਰ ਜਾ ਕੇ ਕੀਤੀ ਜਾ ਰਹੀ ਹੈ ਪੰਜਾਬ ਦੀ ਜਨਤਾ ਇੰਨੀ ਤਾਂ ਪੋਲੀ ਨਹੀਂ ਹੋ ਸਕਦੀ ਕਿ ਜਾਣੇ ਨਾ ਕਿ ਕਿਹਦੀ ਚਾਲ ਕੀ ਸਾਰੀ ਦੁਨੀਆ ਨੂੰ ਪਤਾ ਹੈ ਨਾ ਪੁਲਿਸ ਦਾ ਕੀ ਹੈ ਐਸਐਚਓ ਦਾ ਕੀ ਹੈ ਐਸਐਸਪੀ ਦਾ ਕੀ ਹੈ ਇਹਨਾਂ ਦੇ ਵਿੱਚ ਕਿਹੜੀ ਰੀਡ ਦੀ ਹੈ ਜਿਹੜਾ ਕਾਨੂੰਨ ਦੇ ਅਗਲਾ ਕਹਿੰਦਾ ਕਿ ਮੈਨੂੰ ਐਸਐਸਪੀ ਸ਼ਿਪ ਮਿਲੀ ਆ ਮੈਂ ਤਾਂ ਲੱਗਾ ਮੈਨੂੰ ਕਿ ਮੈਨੂੰ ਭਵੇਂ ਸੁਪਾਲ ਸਿੰਘ ਖਹਿਰੇ ਦੇ ਪਰਚਾ ਤੁਸੀਂ ਦੇਖੋ ਉਹਨਾਂ ਦੇ ਜਦੋਂ ਉਹਦਾ ਨਹੀਂ ਭੈਣ ਉਹਨਾਂ ਦੇ ਵੀ ਪਰਚਾ ਜਿਹਨਾਂ ਦੀ ਉਮਰ 75 ਸਾਲ ਸੀ ਹੈ ਨਾ ਉਹ ਸੁਪਾਲ ਸਿੰਘ ਖਹਿਰੇ ਦੇ ਨਾਲ ਸਰਕਾਰ ਨਿੱਜੀ ਵੈਰ ਰੱਖ ਰਹੀ ਕਿਉਂ ਰੱਖ ਰਹੀ ਆ ਕਿ ਆਮ ਆਦਮੀ ਪਾਰਟੀ ਜਿੰਨੀ ਵੀ ਲੋਕਾਂ ਨੇ ਸੰਦੀਪ ਛੱਡੀ ਸੀ ਨਾ ਚਾਹੇ ਉਹ ਜਿਨ੍ਹਾਂ ਨੇ 5 ਕਰੋੜ ਰੁਪਏ ਦਿੱਤਾ ਸੀ ਪ੍ਰਸ਼ਾਦ ਭੂਸ਼ਨ ਤੇ ਉਹਨਾਂ ਦੇ ਫਾਦਰ ਉਹ ਖਤਮ ਹੋ ਗਏ ਚਾਹੇ ਜੁਗਿੰਦਰ ਜਾਦਵ ਚਾਹੇ ਕੁਮਾਰ ਵਿਸ਼ਵਾਸ ਟਾਈ ਡਾਕਟਰ ਧਰਮਵੀਰ ਗਾਧੀ ਚਾਹੇ ਡਾਕਟਰ ਬਲਬੀਸ ਜਿਹੜੇ ਡਾਕਟਰ ਦਲਜੀਤ ਸਿੰਘ ਚਾਹੇ ਸਾਧੂ ਜਿਹੜੇ ਸੀ ਆ ਫਾਦਰਗੜ ਸਾਹਿਬ ਤੋਂ ਐਮਪੀ ਚੁਣਗੇ ਜਿੰਨੇ ਵੀ ਨਾਮ ਸੀ ਕੋਈ ਲੱਭਾ ਨਹੀਂ ਸੁਖਪਾਲ ਸਿੰਘ ਖਹਿਰਾ ਉਹ ਆ ਜਿਹੜਾ ਆਮ ਆਦੀ ਪਾਰਟੀ ਚ ਗਿਆ ਸੀ ਐਮਐਲ ਬਣਿਆ ਆਮ ਆਦੀ ਪਾਰਟੀ ਛੱਡ ਵੀ ਦਿੱਤੀ ਉਹ ਪੋਲਿਟੀਕਲ ਤੌਰ ਤੇ ਉਹਨੇ ਹੀ ਚਮਕਿਆਗਾ ਨਾ ਸੁਖਪਾਲ ਸਿੰਘ ਖਹਿਰਾ ਇਹ ਨਹੀਂ ਕਿ ਉਹਦੀ ਪ੍ਰੋਬਲਮ ਹੈ ਗਿਆ ਸੁਖਪਾਲ ਸਿੰਘ ਕਹਿ ਰਿਹਾ ਕਿ ਲੋਕ ਮਸਲੇ ਠਾ ਰਿਆ ਸੀ ਉਹ ਜਦੋਂ ਸ਼੍ਰੋਮਣੀ ਕਾਲੀ ਦਲ ਦੀ 10 ਸਾਲ ਸਰਕਾਰੀ ਉਦੋਂ ਵੀ ਬਾਦਲਾਂ ਦੇ ਖਿਲਾਫ ਬੋਲਦਾ ਰਿਹਾ ਉਦੋਂ ਵੀ ਉਹ ਸੁਮੇਸ਼ ਸਿੰਘ ਸੈਣੀ ਦੇ ਖਿਲਾਫ ਬੋਲਦਾ ਰਿਹਾ ਹੁਣ ਸਵਾਲ ਹੈ ਕਿ ਕਾਂਗਰਸ ਉਹਦੇ ਚ ਸੁਖਪਾਲ ਸਿੰਘ ਖਹਿਰਾ ਚ ਹੋ ਸਕਦਾ ਕਿ ਸੁਖਪਾਲ ਖਹਿਰਾ ਦੀ ਚਲੋ ਸਰਕਾਰ ਨਾਲ ਤਾਂ ਮੰਨ ਲਿਆ ਕਿ ਸਿੱ ਜਿਵੇਂ ਵੀ ਆ ਪਰ ਸਵਾਲ ਇੱਕ ਹੋਰ ਖੜਾ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਬੋਲੇ ਖੁੱਲ ਕੇ ਕਿ ਕਿਹੜੇ ਕਿਹੜੇ ਪਰਚੇ ਕਰਤੇ ਚਰਨਜੀਤ ਸਿੰਘ ਚੰਨੀ ਸਾਭਕਾ ਮੁੱਖ ਮੰਤਰੀ ਬੋਲੇ ਜਾਂ ਅਮਰਿੰਦਰ ਰਾਜਾ ਵੜਿੰਗ ਦਾ ਇੱਕ ਟਵੀਟ ਆਇਆ ਇਦੋਂ ਇਲਾਵਾ ਕੋਈ ਸਰਗਰਮੀ ਨਹੀਂ ਨਜ਼ਰ ਆਈ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਕਾਂਗਰਸ ਪਾਰਟੀ ਵੱਲੋਂ ਸਾਰੇ ਡਰਦੇ ਨੇ ਸਾਰੇ ਨੂੰ ਪਤਾ ਕਿ ਵਿਜੀਲੈਂਸ ਲੱਗ ਜਾਣੀ ਹੈ ਜਿਨੇ ਵੀ ਸੁਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਬੋਲਿਆ ਕੋਈ ਜਿਹੜਾ ਵੀ ਬੇਈਮਾਨ ਹੋਊਗਾ ਕਾਂਗਰਸ ਪਾਰਟੀ ਦਾ ਉਹਦੇ ਸਵੇਰੇ ਪਰਚਾ ਦਰਜ ਹੋ ਜੂਗਾ ਸਵੇਰੇ ਵਿਜੀਲੈਂਸ ਦਾ ਨੋਟਿਸ ਚੱਲ ਜਾਵੇ ਡਰ ਇਸ ਕਰਕੇ ਆ ਵੀ ਇਧਰੋਂ ਕਿਤੇ ਜੇ ਪੰਜਾਬ ਪੁਲਿਸ ਨੇ ਪਰਚਾ ਦਰਜ ਕਰਤਾ ਫਿਰ ਨਾਲ ਹੀ ਈਡੀ ਦੀ ਐਂਟਰੀ ਹੋ ਜਾਣੀ ਆ ਫਿਰ ਈਡੀ ਦੀ ਖੱਜਲ ਖਵਾਰੀ ਵੱਖਰੀ ਆ ਵੀ ਇਹ ਕਿੱਥੋਂ ਆਇਆ ਜੇ ਕਿੱਥੋਂ ਆਇਆ ਸਬਾੜ ਕਿੱਥੋਂ ਆਇਆ ਕਿਨੀ ਪ੍ਰਾਪਰਟੀ ਜੇ ਉਹ ਡਰ ਆ ਉਹ ਡਰ ਬੋਲਦਾ ਡਰ ਕੇ ਇਹਦੇ ਚ ਬੋਲਦਾ ਹੁੰਦਾ ਕੋਈ ਵੀ ਬੰਦਾ ਬੇਈਮਾਨ ਹੋਵੇ ਨਾ ਜਿਨੇ ਹੇਰਾ ਫੇਰੀ ਕੀਤੇ ਜਿਨੇ ਠੱਗੀ ਕੀਤੀ ਜਿਨੇ 1921 ਕੀਤੇ ਉਹਦੇ ਚ ਡਰ ਬੋਲੂਗਾ ਬੋਲੂਗਾ ਸੰਦੀਪ ਹੁਣ ਕਾਂਗਰਸ ਪਾਰਟੀ ਦੀ ਪ੍ਰੋਬਲਮ ਇਹ ਹੈ ਕਿ ਸਾਰਿਆਂ ਦੇ ਵਿੱਚ ਮੈਂ ਆ ਇਹਨਾਂ ਦੀ ਹਾਰਨ ਤੋਂ ਬਾਅਦ ਵੀ ਮੈਂ ਨਹੀਂ ਮਰੀ ਹਮ ਅਸੀਂ ਨਹੀਂ ਕਹਿੰਦੇ ਹੈਗੇ ਸਾਡੀ ਕਾਂਗਰਸ ਨਹੀਂ ਕਹਿੰਦੇ ਹੈਗੇ ਹਮ ਅਸੀਂ ਕਾਂਗਰਸ ਹੀ ਨਹੀਂ ਕਹਿੰਦੇ ਇਹ ਕਹਿੰਦੇ ਮੈਂ ਮੈਂ ਹੁਸੈਨ ਇਕ ਸੁਪਾਲ ਸਿੰਘ ਖਹਿਰਾ ਦੇ ਵਿੱਚ ਵੀ ਕਮਜ਼ੋਰੀਆਂ ਉਹ ਉਹਦੇ ਵਿੱਚ ਵੀ ਜ਼ਿਆਦਾ ਮੈਂ ਬੋਲਦੀ ਸੀ ਉਹ ਪਾਰਟੀ ਦੇ ਨਾਲ ਨਹੀਂ ਸੀ ਚੱਲਦੇ ਹੈਗੇ ਨਵਜੋਤ ਸਿੰਘ ਸਿੱਧੂ ਦਾ ਵੀ ਪ੍ਰੋਬਲਮ ਇਹ ਹੈ ਕਿ ਇਹ ਆਪਣੇ ਇਕੱਲੇ ਚਲਾਣਾ ਚਾਹੁੰਦੇ ਹੈਗੇ ਕਾਂਗਰਸ ਪੰਟੀ ਕਹਿੰਦੀ ਨਹੀਂ ਇਕੱਲੇ ਨਹੀਂ ਇਕੱਲੇ ਚਲੋਗੇ ਤੇ ਤੁਹਾਡੀਆਂ ਲੱਤਾਂ ਖਿੱਚਾਂਗੇ ਹੁਣ ਇਹਨਾਂ ਦੀਆਂ ਲੱਤਾਂ ਖਿੱਚੀਆਂ ਗਈਆਂ ਸੁਪਾਲ ਸਿੰਘ ਖਹਿਰਾ ਦੀਆਂ ਲੱਤਾਂ ਖਿੱਚੀਆਂ ਜਾ ਗਈਆਂ ਨਵਜੋਤ ਸਿੰਘ ਸਿੱਧੂ ਦੀਆਂ ਵਾਰ-ਵਾਰ ਲੱਤਾਂ ਖਿੱਚੀਆਂ ਜਾ ਰਹੀਆਂ ਇਹਨਾਂ ਵਿੱਚ ਮੈਂ ਨਹੀਂ ਮਰੀ ਕਾਂਗਰਸ ਪਾਰਟੀਆਂ ਦੇ ਵਿੱਚ ਪ੍ਰੋਬਲਮ ਇਹ ਹੈਗੀ ਆ ਕਿ ਹੁਣ 27 ਕਿੱਡੀ ਦੂਰ ਹੈ ਮੁੱਖ ਮੰਤਰੀ ਪਹਿਲੇ ਬਣ ਕੇ ਬੈਠੇ ਆਗੇ ਨੇ ਹੁਣ ਜਦ ਤੱਕ ਇਹ ਨਹੀਂ ਆ ਹੁਣਾ ਤੇ ਇਹ ਚਾਹੀਦਾ ਸੀ ਕਿ ਟਵੀਟ ਦੀ بجائے ਤੁਸੀਂ ਘੱਟੂ-ਘੱਟ ਜੇਲ੍ਹ ਜਿੱਥੇ ਰੱਖਿਆ ਸਪਾਲ ਸਿੰਘ ਹੈ ਉਹ ਤੇ ਧਰਨਾ ਦੇ ਦਿਦੋ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਤੁਸੀਂ ਧਰਨੇ ਦਿੰਦੇ ਹੋ ਇੱਕ ਬੰਦਾ ਜਿਹੜਾ ਸਰਕਾਰ ਦਾ ਵਿਕਟਮ ਆ ਸਾਰੀ ਦੁਨੀਆ ਨੂੰ ਪਤਾ ਹੈਗਾ ਕਿ ਉਹਦੇ ਨਾਲ ਸਪਾਲ ਸਿੰਘ ਹੈ ਨਾਲ ਧੱਕਾ ਹੋ ਰਿਹਾ ਤੁਸੀਂ ਇਹਦੇ ਬਾਰੇ ਟਵੀਟ ਦੇ ਨਾਲ ਸਰਕਾਰਾਂ ਬਣ ਜਾਣਗੀਆਂ ਟਵੀਟ ਦੇ ਨਾਲ ਤੁਸੀਂ ਵੋਟਾਂ ਲੈ ਜਾਓਗੇ ਬਸਨ ਘਟੋਗੇ ਠੀਕ ਹੈ ਸੁਖਪਾਲ ਸਿੰਘ ਖਹਿਰਾ ਕਿਉਂਕਿ ਸਭ ਤੋਂ ਵੱਡੀ ਗੱਲ ਸੰਦੀਪ ਸੁਖਪਾਲ ਸਿੰਘ ਖਹਿਰਾ ਜਾਂ ਕਾਂਗਰਸ ਪਾਰਟੀ ਦਾ ਵੀ ਸਵਾਲ ਨਹੀਂ ਆ ਅਗਰ ਲੋਕ ਮੁੱਦਿਆਂ ਦੀ ਗੱਲ ਕੀਤੀ ਜਾਵੇ ਜਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਜਾਂ ਸਿੱਖ ਮੁੱਦਿਆਂ ਦੀ ਗੱਲ ਕੀਤੀ ਜਾਵੇ ਨਾ ਉਹਨਾਂ ਚੋਂ ਸੁਖਪਾਲ ਸਿੰਘ ਇੱਕ ਇੱਕ ਹੈ ਜਿਹੜਾ ਹਿੱਕ ਥਾਪੜ ਕੇ ਪੰਜਾਬ ਦੇ ਮੁੱਦੇ ਪੰਥਕ ਮੁੱਦੇ ਸਿੱਖ ਮੁੱਦੇ ਠਾਉਂਦਾ ਰਿਹਾ ਠੀਕ ਹੈ ਜੇ ਇਹੋ ਜੇ ਬੰਦਿਆਂ ਨੂੰ ਅ ਸਰਕਾਰਾਂ ਨੇ ਦਬਾਉਣਾ ਸ਼ੁਰੂ ਕਰ ਦਿੱਤਾ ਔਰ ਪੰਜਾਬ ਕਾਂਗਰਸ ਜਾਂ ਪੰਜਾਬ ਦੀ ਜੰਦਾਣਾ ਬੋਲੀ ਨਾ ਫਿਰ ਕੋਈ ਨਹੀਂ ਬੋਲੇਗਾ ਆਪਾਂ ਮੰਨ ਕੇ ਚੱਲਦੇ ਕਿ ਲੱਖਾ ਸਦਾਨਾਂ ਦਾ ਕਿਰਦਾਰ ਜਿਹੜਾ ਪੁਰਾਣਾ ਵਾ ਉਹ ਹੋਰ ਟਾਈਪ ਦਾ ਸੀ ਪਰ ਪੰਜਾਬ ਦੇ ਮੁੱਦੇ ਉਹ ਵੀ ਠੰਡਾ ਹੈਗਾ ਜੇ ਇੰਦਾਂ ਦੇ ਜਿਹੜੇ ਲੋਕ ਨੇ ਜੇ ਇਹਨਾਂ ਦੇ ਖਿਲਾਫ ਸਰਕਾਰਾਂ ਨੇ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਆਗੇ ਹਕੂਮਤ ਨੇ ਪਰਚੇ ਦਰਜ ਕਰਨੇ ਸ਼ੁਰੂ ਤੇ ਫਿਰ ਪੰਜਾਬ ਦੀ ਆਵਾਜ਼ ਕੌਣ ਗਰੂਆ ਲੋਕ ਮੁੱਦਿਆਂ ਦੀ ਆਵਾਜ਼ ਕੌਣ ਉਠਾਊਗਾ ਨਾ ਜੀ ਆ ਸਾਰੇ ਲੋਕ ਨੇ ਵੱਡੀ ਧਾਰਨ ਤਾਂ ਮਾਨਸੇ ਤੋਂ ਮਾਨਿਕ ਗੋਇਲ ਸਾਹਿਬ ਨੇ ਜਿਹੜੇ ਆਰਟੀਆ ਐਕਟਿਵਿਸਟ ਨੇ ਕਿੰਨੀਆਂ ਮੁੱਦਿਆਂ ਦੇ ਉੱਤੇ ਬੋਲਦੇ ਆ ਜੇ ਕੱਲ ਨੂੰ ਇਸ ਤਰ੍ਹਾਂ ਦੇ ਲੋਕਾਂ ਦੇ ਉੱਤੇ ਕਾਰਵਾਈ ਹੋਈ ਤੇ ਬਣੇਗਾ ਕੀ ਸਵਾਲ ਇਹ ਕਿ ਖਤਰਾ ਇਸ ਕਰਕੇ ਆ ਡੈਮੋਕ੍ਰੇਸੀ ਇੱਥੇ ਖਤਮ ਹੋ ਜੂਗੀ ਹੁਣ ਕਾਂਗਰਸ ਖਤ ਪਾਰਟੀ ਖਤਮ ਹੋਵੇ ਜਾਂ ਨਾ ਹੋਵੇ ਕਾਂਗਰਸ ਪਾਰਟੀ ਤੋਂ ਵੱਡੀ ਕੀ ਹੈਗੀ ਲੋਕਤੰਤਰ ਡੈਮੋਕ੍ਰੇਸੀਆ ਉਹ ਬਚਾਉਣ ਦੀ ਲੋੜ ਹੈ ਕਿ ਜਿਹੜੇ ਲੋਕ ਹੁੰਦੇ ਲੋਕ ਸਰਕਾਰਾਂ ਦੀ ਗੱਲ ਕਰਦੇ ਕੋਈ ਵੀ ਪਾਰਟੀ ਦੋਵੇ ਚਾਹੇ ਭਾਜਪੀ ਤੋਂ ਹੋਵੇ ਚਾਹੇ ਕਾਲੀ ਦਲ ਤੋਂ ਹੋਵੇ ਚਾਹੇ ਆਪ ਤੋਂ ਹੋਵੇ ਚਾਹੇ ਕਾਂਗਰਸ ਤੋਂ ਵਿੱਚ ਕਿ ਆਮ ਹੋਵੇ ਸਮਾਜਿਕ ਕਾਰਕੁਨ ਹੋਵੇ ਜਿਹੜੇ ਲੋਕ ਆਵਾਜ਼ ਬੰਦਦੇ ਨੇ ਜੇ ਉਹਨਾਂ ਤੇ ਪਰਚੇ ਦਰਜ ਹੋਣੇ ਸ਼ੁਰੂ ਹੋ ਗਏ ਨਾ ਫਿਰ ਡੈਮੋਕ੍ਰੇਸੀ ਉਦੋਂ ਖਤਰੇ ਕਿਸੇ ਜੇ ਕਾਲੀ ਦਲ ਸੱਤਾ ਤੋਂ ਬਾਹਰ ਹੋ ਗਿਆ ਜਾਂ ਕਾਂਗਰਸ ਪਾਰਟੀ ਸੱਤਾ ਚੋਂ ਬਾਹਰ ਰਹੀ ਉੱਥੇ ਡੈਮੋਕ੍ਰੇਸੀ ਨਹੀਂ ਖਤਰੇ ਦੇ ਕਿਤਨਾ ਕਿਤੇ ਡੈਮੋਕ੍ਰੇਸੀ ਦੀ ਗੱਲ ਕਰਦੀ ਹੈ ਕਿਉਂਕਿ ਰਵਿੰਦ ਕੇਰੀਵਾਲ ਸਾਹਿਬ ਕਹਿੰਦੇ ਕਿ ਈਡੀ ਨੇ ਜਾਂ ਕਿਸੇ ਹੋਰ ਏਜੰਸੀ ਨੇ ਜਿਵੇਂ ਸਾਡੇ ਤੇ ਸ਼ਕੰਜਾ ਕੱਸਿਆ ਇਹ ਆ ਡੈਮੋਕ੍ਰੇਸੀ ਨੂੰ ਖਤਰਾ ਸੰਦੀਪ ਕਹਿੰਦੇ ਹੁੰਦੇ ਕਿ ਜਦੋਂ ਆਪਣੇ ਦੇ ਪੈਂਦੀ ਨਾ ਉਦੋਂ ਪਤਾ ਲੱਗਦਾ ਕਿ ਕਿਹੜੇ ਭਾਅ ਵੇਖਦੀ ਆ ਹੁਣ ਸੁਪਾਲ ਸਿੰਘ ਖਹਿਰਾ ਨੂੰ ਮਸਲੇ ਦੇ ਵਿੱਚ ਉਹਨਾਂ ਦੀ ਤਸਵੀਰ ਬੜੇ ਆਮ ਆਦੀ ਪਾਰਟੀ ਵਾਲੇ ਵਾਇਰਲ ਕਰ ਰਹੇ ਨੇ ਹਨਾ ਉਹ ਮਜ਼ਾਕ ਦਾ ਪਾਤਰ ਠੀਕ ਆ ਬੰਦਾ ਜੇਲ੍ਹ ਦੇ ਵਿੱਚ ਆ ਉਹ ਹਰ ਇੱਕ ਦੇ ਦੇਣ ਆਉਂਦੇ ਜਾਂਦੇ ਰਹਿੰਦੇ ਨੇ ਹੋਰ ਸਿਆਸੀ ਲੀਡਰ ਆ ਔਰ ਸੁਪਾਲ ਸਿੰਘ ਖਹਿਰਾ ਤੇ ਕਈ ਪਰਚੇ ਦਰਜ ਆ ਗਏ ਉਹਨਾਂ ਦੇ ਪਿਤਾ ਜਿਹੜੇ ਸੁਖਜਿੰਦਰ ਸਿੰਘ ਖਹਿਰਾ ਸੀ ਉਹਨਾਂ ਤੇ ਵੀ ਕਈ ਪਰਚੇ ਉਹਨਾਂ ਵੀ ਜੇਲਾਂ ਕੱਟੀਆਂ ਨੇ ਇਹ ਚੱਲਦਾ ਸਿਆਸੀ ਅਗਰ ਤੁਸੀਂ ਸਿਆਸਤ ਕਰੀਂ ਤੁਹਾਡੇ ਤੇ ਹਕੂਮਤ ਤਾਂ ਸਮੇਂ-ਸਮੇਂ ਤੇ ਪਰਚੇ ਦਰਜ ਕਰਦੀਆਂ ਪਰ ਇੰਨੇ ਵੀ ਨਹੀਂ ਹੋਣੇ ਚਾਹੀਦੇ ਕਿ ਤੁਸੀਂ ਬੰਦੇ ਨੂੰ ਜੇਲ੍ਹ 'ਚ ਰੱਖਣਾ ਚਾਹੁੰਦੇ ਹੋ ਇਹ ਤਾਂ ਮੈਨੂੰ ਲੱਗਦਾ ਕਿ ਸੁਪਾਲ ਸਿੰਘ ਖੈਰ ਜ਼ਰੂਰੀ ਨਹੀਂ ਕਿ ਤੁਸੀਂ ਮੰਤਰੀ ਬਣ ਜਾਓਗੇ ਜਾਂ ਤੁਹਾਡੇ ਤੁਸੀਂ ਮੁੱਖ ਮੰਤਰੀ ਬਣ ਜਾਓਗੇ ਤੁਸੀਂ ਲੋਕਮਾਨ ਵੈਸੇ ਜਿੱਤ ਲੈਂਦੇ ਤੁਸੀਂ ਲੋਕਦਲ ਇਦਾਂ ਹੀ ਜਿੱਤ ਲੈਂਦੇ ਹੈਗੇ ਐਮਐਲਏ ਬਣ ਕੇ ਦੇਲ ਨਹੀਂ ਜਿੱਤੇ ਜਾਂਦੇ ਮੰਤਰੀ ਬਣ ਕੇ ਦੇਲ ਨਹੀਂ ਜਿੱਤੇ ਜਾਂਦੇ ਮੁੱਖ ਮੰਤਰੀ ਬਣ ਕੇ ਦੇਲ ਨਹੀਂ ਜਿੱਤੇ ਜਾਂਦੇ ਦੇਲ ਜਿੱਤੇ ਜਾਂਦੇ ਨੇ ਲੋਕ ਸਰਕਾਰਾਂ ਦੇ ਨਾਲ ਗੱਲ ਕਰਦੇ ਬਹੁਤ ਸਾਰੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਵਿੱਚ ਕੀ ਜਿਹੜੇ ਲੋਕ ਸਾਰੇ ਕਿਤੇ ਐਮਐਲਏ ਦਾ ਜਾਂ ਸਾਰੇ ਕਿਤੇ ਐਮਪੀ ਜਾਂ ਸਾਰੇ ਕਿਤੇ ਪ੍ਰਧਾਨ ਮੰਤਰੀ ਤੁਰੇ ਫਿਰਦੇ ਹਨ ਏਦਾਂ ਦੇ ਬਹੁਤ ਸਾਰੇ ਲੋਕ ਨੇ ਇੰਡੀਆ ਦੇ ਵਿੱਚ ਜਿਹੜੇ ਲੋਕ ਕਾਰਕੂ ਨੇ ਲੋਕਾਂ ਦੇ ਮਸਲੇ ਠਾਉਂਦੇ ਨੇ ਉਹ ਲੋਕਾਂ ਦੀ ਆਵਾਜ਼ ਹੀ ਹੁੰਦੀ ਆ ਉਹ ਜਾਦੇ ਵੱਡੇ ਨੇ ਕਿਸਾਨ ਅੰਦੋਲਨ ਜਿਹੜਾ ਚੱਲਿਆਗਾ ਇਹ ਵੀ ਤੇ ਇੱਕ ਜਿੱਤ ਸੀ ਇਹ ਸਾਰੇ ਕਿਤੇ ਮੁੱਖ ਮੰਤਰੀ ਥੋੜਾ ਸੀ ਜ਼ਰੂਰੀ ਥੋੜਾ ਕਿ ਤੁਸੀਂ ਐਮਐਲਏ ਬਣ ਕੇ ਮੁੱਖ ਮੰਤਰੀ ਬਣ ਕੇ ਲੋਕ ਮਦਿਆਂ ਦੀ ਗੱਲ ਕਰ ਸਕਦੇ ਹੋ ਲੇਕਿਨ ਇਸ ਮਸਲੇ ਦੇ ਵਿੱਚ ਆ ਕਿ ਜਿੰਨੀਆਂ ਵੀ ਪੰਜਾਬ ਦੀਆਂ ਤਮਾਮ ਸਮਾਜਿਕ ਜਥੇਬੰਦੀਆਂ ਜਾਂ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਲੋਕ ਉਹਨਾਂ ਨੂੰ ਖੜੇ ਹੋਣਾ ਚਾਹੀਦਾ ਹੈਗਾ ਸੈਂਟਰ ਲੈਵਲ ਤੇ ਵੀ ਸੈਂਟਰ ਦੇ ਵਿੱਚ ਇਹ ਵੀ ਹੈ ਕਿ ਜਿਹੜੀ ਡਿਕਟੇਟਰਸ਼ਿਪ ਜਾਂ ਸੂਬਿਆਂ 'ਚ ਡਿਕਟੇਟਰਸ਼ਿਪ ਹੈ ਉਹ ਨਹੀਂ ਚੱਲਣੀ ਚਾਹੀਦੀ ਕਿਉਂਕਿ ਉਹਦੇ ਨਾਲ ਸਾਡੀ ਡੈਮੋਕ੍ਰੇਸੀ ਦਾ ਕਹਾਣ ਹੋਏਗਾ ਇੱਕ ਅਗਲਾ ਬੜਾ ਮਹੱਤਵਪੂਰਨ ਮੁੱਦਾ ਇਸ ਕਰਕੇ ਆ ਕਿਉਂਕਿ ਉਹ ਹੈਗਾ ਬੰਦੀ ਸਿੰਘਾਂ ਨਾਲ ਜੁੜਿਆ ਖਾਸ ਕਰਕੇ ਬਲਵੰਤ ਸਿੰਘ ਰਾਜਵਾਨਾ ਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਵੇਂ ਇੱਕ ਡਿਊਟੀ ਲੱਗੀ ਆ ਜਾਂ ਪੰਜ ਮੈਂਬਰੀ ਕਮੇਟੀ ਬਣੀ ਉਹਨਾਂ ਨੇ ਬੜੇ ਤਰਲੇ ਕੱਢ ਕੇ ਵੇਖ ਲਏ ਚਿੱਠੀਆਂ ਲਿਖ ਕੇ ਵੇਖ ਲਈਆਂ ਕਿ ਟਾਈਮ ਮਿਲ ਜੇ ਕੇਂਦਰ ਤੋਂ ਪ੍ਰਧਾਨ ਮੰਤਰੀ ਤੋਂ ਗ੍ਰਹਿ ਮੰਤਰੀ ਤੋਂ ਮੁਲਾਕਾਤ ਹੋ ਜੇ ਆਖਰਕਾਰ ਐਸਜੀਪੀਸੀ ਨੂੰ ਅਲਟੀਮੇਟਮ ਦੇਣਾ ਪਿਆ ਕਿ ਆ ਤੁਹਾਡੇ ਕੋਲ ਤਰੀਖ ਹੈ ਜੇ ਕੀਤਾ ਠੀਕ ਹੈ ਨਹੀਂ ਤਾਂ ਫਿਰ ਅਸੀਂ ਆਪਣਾ ਪੜਿਆ ਵਿਚਾਰਾਂਗੇ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਕਿਉਂਕਿ ਉਹ ਸਾਰਿਆਂ ਤੋਂ ਉੱਪਰ ਹੈ ਜਥੇਦਾਰ ਸਾਹਿਬ ਦੀ ਜਿਹੜੀ ਪੋਸਟ ਆ ਨਾ ਉਹ ਬਹੁਤ ਵੱਡੀ ਪੋਸਟ ਆ ਉਹ ਦੁਨਿਆਵੀ ਅਦਾਲਤਾਂ ਤੋਂ ਵੀ ਉੱਪਰ ਹੈ ਜਿਸ ਕੌਮ ਕੋਲ ਆਪਣੀ ਅਦਾਲਤ ਹੋਵੇ ਨਾ ਉਹਨੂੰ ਅੱਗੇ ਹੋਰ ਲੋਕਾਂ ਦੇ ਅਪੀਲਾਂ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਹੁਣ ਪਤਾ ਨਹੀਂ ਉਹਨਾਂ ਨੂੰ ਕਿੰਨੇ ਸਰਾਹ ਦਿੱਤੀ ਜਿਹੜਾ ਅੱਜ ਪ੍ਰੈਸ ਲਈ ਜਾਇਆ ਜਾਂ ਜਿਹੜਾ ਖਬਰਾਂ ਪ੍ਰਕਾਸ਼ ਦਿੰਗਾ ਉਹਦੇ ਕਹਿੰਦੇ ਕਿ ਉਹਨਾਂ ਨੂੰ ਚਿੱਠੀ ਲਿਖੀ ਸੀ ਕੋਈ ਜਵਾਬ ਨਹੀਂ ਆਇਆ ਹੁਣ ਉਹਨਾਂ ਨੇ ਕਹਿਤਾ ਕਿ 27 ਜਨਵਰੀ ਤੱਕ ਤੁਸੀਂ ਇੰਤਜ਼ਾਰ ਕਰੋ ਉਸ ਤੋਂ ਬਾਅਦ ਤੁਸੀਂ ਆਰਪਾਰ ਦੀ ਲੜਾਈ ਲੜੋ ਵੀ ਵਨ ਸਾਈਡਡ ਅਲੋ ਕਿ ਤੁਸੀਂ ਮਰਸੀ ਪਟੀਸ਼ਨ ਵਾਪਸ ਲੈਣੀ ਤੇ ਹੋਰ ਫੈਸਲਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਧਰਨੇ ਲਾਏਗੀ ਜਾਂ ਕਾਲੀ ਦਲ ਧਰਨਾ ਲਾਏਗਾ ਬਲਵੰਤ ਸਿੰਘ ਰਾਜੋਵਾਲਾ ਜਾਂ ਜਿਹੜੇ ਬੰਦੀ ਸਿੰਘ ਉਹਨਾਂ ਦੇ ਖਿਲਾਫ ਧਰਨਾ ਲਾਏਗਾ ਅਸਲ ਅਕਾਲ ਚੱਲ ਵੀ ਰਿਹਾ ਨਾ ਨਹੀਂ ਪਹਿਲਾਂ ਚੱਲਦਾ ਪਹਿਲਾਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅੜ ਗਈ ਸੀ ਕਿਉਂਕਿ ਇਹ ਕਹਿੰਦੇ ਕਿ ਜਦੋਂ ਟਾਈਮ ਦਿੱਤਾ ਹੈਗਾ ਤੁਸੀਂ ਧਰਨਾ ਕਿਉਂ ਲੱਖੋ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਹਦੇ ਕਹਿਣ ਤੇ ਚੱਲਦੀ ਆ ਕਾਲੀ ਦਲ ਨੂੰ ਪਤਾ ਪੰਜਾਬ ਦੀ ਜਨਤਾ ਨੂੰ ਪਤਾ ਸਿੱਖ ਬੁੱਧੀਜੀਵੀ ਲੋਕਾਂ ਨੂੰ ਪਤਾ ਕਿ ਅੱਜ ਕੱਲ੍ਹ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਕਿੰਨਾਂ ਦੇ ਇਸ਼ਾਰਿਆਂ ਤੇ ਚੱਲਦੀ ਹੈਗੀ ਹੈ ਉਹਨਾਂ ਨੂੰ ਲਾਓ ਨਾ ਲਾਓ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੁਪਰੀਮ ਆ ਅਕਾਲ ਤਖਤ ਸਾਹਿਬ ਸੁਪਰੀਮ ਆ ਇਹਨਾਂ ਨੂੰ ਆਪਣੇ ਕਰਨਾ ਚਾਹੀਦਾ ਵਿਟਨਾਂ ਪਤਾ ਨਹੀਂ ਕਿੰਨਾਂ ਨੇ ਸਲਾਹ ਦੇ ਦਿੱਤੀ ਹੈਗੀ ਅਸਲ ਵਿੱਚ ਕਾਲੀ ਦਲ ਹਲੇ ਵੀ ਝਾਕਦਾ ਜਿਹੜੀ ਇਹਨਾਂ ਦੀ ਦੋਨਾਂ ਪਾਰਟੀਆਂ ਦੀ ਝਾਕ ਹੈ ਨਾ ਕਿ ਸਾਡਾ ਗੱਠ ਜੁੜ ਹੋ ਜਾ ਉਸ ਝਾਕ ਦੇ ਵਿੱਚ ਪੰਜਾਬ ਦੇ ਮਸਲੇ ਨਹੀਂ ਹੱਲ ਹੋਣੇ ਚਾਹੇ ਪੰਜਾਬ ਦੇ ਮਸਲੇ ਹੋਣ ਚਾਹੇ ਸਿੱਖ ਕੌਮ ਦੇ ਪਿਕਸਨ ਕੁਰਸੀਆਂ ਮਿਲੀਆਂ ਸੀ ਸੈਂਟਰ ਦੇ ਭਾਗੀਦਾਰ ਹੀ ਬਣਾ ਫਿਰ ਪੰਤਕ ਮਸਲੇ ਉਦੋਂ ਹੀ ਹੱਲ ਹੋ ਜਾਣੇ ਜੇ ਤੁਸੀਂ ਇਹ ਆਪਣੀਆਂ ਲਾਲਸਾਵਾਂ ਛੱਡ ਦਿੰਦੇ ਹੁਣ ਸਵਾਲ ਦੇਖੋ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੂੰ ਹੁਕਮ ਤੇ ਹੋ ਗਿਆ ਅਲਟੀਮੇਟਮ ਹੋ ਗਿਆ ਕਿਉਂਕਿ ਜਿਹੜਾ ਨਵਾਂ ਕਾਨੂੰਨ ਬਣਿਆ ਔਰ ਜਿਹੜਾ ਸਭ ਤੋਂ ਵੱਡੀ ਗੱਲ ਅਮੀਸ਼ਾਹ ਸਾਹ ਜਿਹੜੇ ਨਿਰਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਜਿਹੜੀ ਸੁਪਰੀ ਉਹਦੇ ਚ ਪਾਰਲੀਮੈਂਟ ਦੇ ਵਿੱਚ ਬੋਲਿਆ ਹਰਸਿਮਰਤ ਕੌਰ ਬਾਦਲ ਦੀ ਸਟੇਟਮੈਂਟ ਤੋਂ ਬਾਅਦ ਉਹ ਕਹਿੰਦੇ ਕਿ ਜਿਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਆ ਉਹਨਾਂ ਨੂੰ ਰਹਿਮ ਦੀ ਅਪੀਲ ਕੀਤੀ ਤੇ ਦੂਜਾ ਜਿਹੜਾ ਥਰਡ ਪਾਰਟੀ ਕੋ ਹੁਣ ਰਾਜੂਵਾਲਾ ਸਾਹਿਬ ਦੀ ਆਪਣੀ ਪ੍ਰੋਬਲਮ ਹੋ ਕਹਿੰਦੇ ਕਿ ਮੇਰੇ ਵਾਸਤੇ ਕਾਲੀ ਦਲ ਨੇ ਕੁਝ ਕੀਤਾ ਨਹੀਂ ਹੈਗਾ ਮੇਰੇ ਵਾਸਤੇ ਸ਼ਰੂਨਗੂ ਦਾ ਪ੍ਰਬੰਧਕ ਕਮੇਟੀ ਨੇ ਕੀਤਾ ਅਕਾਲ ਤਖਸਾਲਬ ਨੂੰ ਚਾਹੀਦਾ ਸੋਚ ਸਮਝ ਕੇ ਅਕਾਲ ਤਖਸਾਲਬ ਵੱਡੇ ਨੇ ਉਹ ਨਹੀਂ ਹੈ ਕਿ ਕਿਸੇ ਨੂੰ ਜੇਲ੍ਹ ਦੇ ਵਿੱਚ ਮਿਲਣ ਚਲੇ ਜਾਣ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਚੁੱਠੀ ਲਗੜ ਕੀ ਪੱਲੇ ਰਹਿ ਜਾਂਦਾ ਹੈਗਾ ਤੁਸੀਂ ਆਪਣੇ ਆਪ ਚ ਵੱਡੇ ਹੋ ਤੁਹਾਨੂੰ ਕੀ ਹੈ ਪਰ ਸਵਾਲ ਹੈ ਕਿ ਸਾਡੇ ਉਸ ਤਖਤ ਤੇ ਬੈਠ ਕੇ ਕਈ ਜਥੇਦਾਰਾਂ ਨੇ ਸੈਂਟਰ ਦੀ ਸਕਿਉਰਟੀ ਵੀ ਲੈ ਲਈ ਸੀ ਪ੍ਰੋਬਲਮ ਇਹ ਹੈਗੀ ਅਸੀਂ ਵਿਆਹ ਸ਼ਾਦੀਆਂ ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਸੀ ਪਰ ਇਹ ਪੈਦਲ ਵੀ ਜਾਂਦੇ ਆ ਮੰਤਰੀ ਉਥੇ ਗੱਡੀਆਂ 'ਚ ਜਾ ਰਹੀ ਉਹਨਾਂ ਨੂੰ ਬਾਹਰ ਰੋਕ ਲਿਆ ਗਿਆ ਇਹਨਾਂ ਨੇ ਆਪਣੇ ਜਿਹੜੇ ਤਖਤ ਦੇ ਉੱਪਰ ਜਿਹੜੇ ਬੈਠਣ ਵਾਲੇ ਲੋਕ ਉਹ ਛੋਟੇ ਆ ਗਏ ਨੇ ਅਸਲ ਦੇ ਵਿੱਚ ਹੁਣ ਸਵਾਲ ਹੈ ਕਿ ਹੁਣ ਸ਼ਰੂਨੀ ਕੂ ਦਾ ਪ੍ਰਬੰਧਕ ਕਮੇਟੀ ਹੁਣ ਕਿਵੇਂ ਇਸ ਰਣਨੀਤੀ ਨੂੰ ਤੈਅ ਕਰਦੀ ਕਿਉਂਕਿ ਮਸਲਾ ਸ਼ਰੂਨੀ ਕਮੇਟੀ ਨੇ ਥੋੜਾ ਕਰਨਾ ਉਹ ਕਾਲੀ ਜਲਦੀ ਕੋਰ ਕਮੇਟੀ 'ਚ ਹੋਏਗਾ ਜੋ ਕਾਲੀ ਜਲਦੀ ਕੋਰ ਕਮੇਟੀ ਸੋਚੇਗੀ ਉਹ ਕਹਿਣਗੇ ਥੋੜਾ ਜਿਹਾ ਠੰਡਾ ਵੀ ਰੱਖ ਲਓ ਕੋਈ ਤੱਤਾ ਵੀ ਰੱਖ ਲਓ ਕੋਈ ਵਿਚਾਰ ਦਾ ਰਸਤਾ ਦੇਖ ਲਓ ਕਾਲੀ ਜਲਦੀ ਇਦਾਂ ਦੀ ਪੋਲਿਟਿਕਸ ਕਰੂ ਉਹ ਦੇਖ ਲਓ ਕਰ ਤੁ후 ਬਾਅਦ ਦੇਖਾਂਗੇ ਇੱਕੋਰਾ ਗੱਠ ਜੋੜ ਹੋ ਲੋ ਇਹ ਪ੍ਰੋਬਲਮ ਅਕਾਲੀ ਦਲ ਦੀ ਆ ਗਈ ਹੁਣ ਇਹਨਾਂ ਸਾਰੇ ਮੁੱਦੇ ਆ ਗਏ ਨੇ ਹੁਣ ਇਹ ਸਸ ਮਸਲਾ ਹੈ ਕਿ ਜਦੋਂ ਸੱਤਾ ਦੇ ਵਿੱਚ ਉਹ ਸਿਨੈਰੀ ਮੌਕੇ ਹਿੱਕ ਸ਼ੁਰੂ ਨਹੀਂ ਅਕਾਲੀ ਦਲ ਵਾਸਤੇ ਉਹ ਤਾਂ ਕਟੂ-ਕਟੂ ਤੋਂ ਕਰ ਸਕਦੇ ਜਦੋਂ ਸੈਂਟਰ ਤੁਹਾਨੂੰ ਪੁੱਛ ਕੇ ਚੱਲਦਾ ਹੈ ਸੈਂਟਰ ਨਾਲ ਤੁਹਾਡੇ ਸਾਂਝਾ ਸੀ ਮਿਨਿਸਟਰੀਆਂ ਸੀ ਭਾਗੀਦਾਰੀ ਸੀ ਬਹੁਤ ਕੁਝ ਸਾਂਝਾ ਸੀ ਤੁਹਾਡਾ ਗੱਠ ਜੋੜ ਸੀ ਤੁਸੀਂ ਬਿਨਾਂ ਸ਼ਰਤ ਹਮਾਇਤ ਦਿੱਤੀ ਉਹ ਵੀ ਸਿਆਣੇ ਕਹਿੰਦੇ ਨਾ ਕਿ ਕਮਾਂਡ ਚੋਂ ਨਿਕਲਿਆ ਤੀਰ ਮੂੰਹ ਚੋਂ ਨਿਕਲੀ ਗੱਲ ਜ਼ੁਬਾਨ ਤੇ ਨਿਕਲਿਆ ਹੋਇਆ ਵੇ ਲੋ ਵਾਪਸ ਨਹੀਂ ਆਉਂਦਾ ਇਕਾਲੀ ਦਲ ਦਾ ਉਸ ਹਿਸਾਬ ਹੋ ਗਿਆ ਪਰ ਹੁਣ ਦੇਖਦੇ ਆ ਕਿ 27 ਜਨਵਰੀ ਤੋਂ ਬਾਅਦ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਕੀ ਰਣਨੀਤੀ ਤੈਅ ਕਰਦੀ ਹੈ ਕਿ ਕਮਰਸੀਪ ਅਗਰ ਪਟੀਸ਼ਨ ਰਾਮ ਦੀ ਅਪੀਲ ਵਾਪਸ ਲੈਂਦੀ ਤਾਂ ਉਸ ਤੋਂ ਬਾਅਦ ਕੀ ਕਰਨਗੇ ਉਸ ਤੋਂ ਬਾਅਦ ਕੀ ਸੰਘਰਸ਼ ਕਰਨਗੇ ਸੰਘਰਸ਼ ਕੀ ਪਾਰਲੀਮੈਂਟ ਦੇ ਅੱਗੇ ਬੈਠਣਗੇ ਪ੍ਰਧਾਨ ਮੰਤਰੀ ਦੇ ਦਫ਼ਤਰ ਅੱਗੇ ਬੈਠਣਗੇ ਜਾਂ ਪੰਜਾਬ 'ਚ ਸੰਘਰਸ਼ ਸ਼ੁਰੂ ਕਰਨਗੇ ਕੋਈ ਨਾ ਕੋਈ ਤੇ ਰੂਪਰੇਖਾ ਕਰਨੀ ਪਊਗੀ ਕਿਉਂਕਿ ਸਵਾਲ ਹੈ ਕਿ ਕੇ ਫਾਂਸੀ ਦੀ ਸਜ਼ਾ ਰਾਜਵਾਨਾਂ ਨੂੰ ਉਹਦੇ ਚ ਉਹ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੈਂਟਰ ਨੂੰ ਕਿ ਡਿਸਾਈਡ ਕਰੋ ਸੈਂਟਰ ਡਿਸਾਈਡ ਨਹੀਂ ਕਰਦਾ ਕਿਉਂਕਿ ਸੈਂਟਰ ਨੇ ਕਿਹਾ ਨਹੀਂ ਇਲੈਕਸ਼ਨ ਜਿੱਤਨੀ ਆ ਉਹ ਤੇ ਅੱਤਵਾਦ ਦੇ ਮੁੱਦੇ ਤੇ ਇਲੈਕਸ਼ਨਰ ਉਹਦੇ ਇੱਕ ਫਿਰਕੇ ਨੂੰ ਤੇ ਸਮਝਦੇ ਹੀ ਅੱਤਵਾਦੀ ਨੇ ਠੀਕ ਹੈ ਉਹ ਉਹ ਪਾਰਟੀ ਕਿਵੇਂ ਰਾਜੂਆਣਾ ਨੂੰ ਛੱਡ ਦੇਣਗੇ ਕਿਵੇਂ ਉਹਦੀ ਜਿਹੜੀ ਰਹਿਮ ਦੀ ਪੀਲ ਆ ਉਹ ਮਨਜ਼ੂਰ ਕਰ ਲੈਣਗੇ ਜਦ ਬੀਜੇਪੀ ਦੀ ਰਣਨੀਤੀ ਵਿਚਾਰਤਾਰਾ ਸ਼ਰੋਮਣੀ ਕਾਲੀ ਦਲ ਨੂੰ ਪਤਾ ਤੇ ਫਿਰ ਕਿਵੇਂ ਕਰ ਲੈਣਗੇ ਨਾ ਔਰ ਜਿਹੜਾ ਉਹ ਬਾਬਾ ਨਾਨਕ ਦੀ 550 ਸਾਲ ਉਹ ਜਿਹੜੀ ਨੋਟੀਫਿਕੇਸ਼ਨ ਉਹਨੇ ਉਹ ਵੀ ਨਹੀਂ ਪ੍ਰਵਾਹ ਕੀਤੀ ਹੈਗੀ ਨਾ ਹੁਣ ਉਹੀ ਸਵਾਲ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਬੜਾ ਬਿਪਤਾ ਦੇ ਵਿੱਚ ਫਸਿਆ ਹੋਇਆ ਹੈ ਕਿ ਕੀ ਮਸਲਾ ਇੱਕ ਮਸਲਾ ਜੇ ਖਤਮ ਨਹੀਂਦਾ ਦੂਜਾ ਸ਼ੁਰੂ ਹੋ ਜਾਂਦਾ ਜੀ ਹਲੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਵਾਲਾ ਚੱਲ ਰਿਹਾ ਹੈ ਉਹਦੇ ਚ ਹੋਰ ਹੀ ਪੰਗੇ ਛੇੜੀ ਜਾ ਰਹੇ ਨੇ ਉਹ ਜਿਹੜੀ ਬੀਪੀ ਤਵਾੜੀ ਵਾਲੀ ਰਿਪੋਰਟ ਹੈ ਇੱਕ ਕਾਦੀਦਲ ਦਾ ਲੀਡਰ 18 ਮਿੰਟ ਦੀ ਵੀਡੀਓ ਜਾਰੀ ਕਰਕੇ ਉਹ ਪੋਲਿਟੀਕਲ ਸੁਸਾਇਸਾਈਡ ਕਰ ਚੁੱਕਾਗਾ ਉਹਨੂੰ ਪਤਾ ਨਹੀਂ ਲੱਗਾ ਭਰਾ ਨੂੰ ਕਿ ਮੈਂ ਬੋਲਿਆ ਕੀ ਹੈਗਾ ਤੇ ਬੀਪੀ ਤਵਾੜੀ ਦੀ ਰਿਪੋਰਟ ਕੀ ਕਹਿੰਦੀ ਹੈਗੀ ਹੈ ਨਾ ਉਹ ਵੀ ਪ੍ਰੋਬਲਮ ਹੈ ਕਿ ਨਾ ਕਾਲੀ ਦਲ ਦੇ ਵਿੱਚ ਪਤਾ ਨਹੀਂ ਉਹਨਾਂ ਨੂੰ ਕਿੰਨੇ ਸਲਾਹ ਦਿੱਤੀਗੇ 18 ਮਿੰਟ ਦੇ ਵਿੱਚ ਤੁਸੀਂ ਆ ਬਰੀਫ ਕਰਨਾ ਹੈਗਾ ਚੰਗੀ ਤਰ੍ਹਾਂ ਰਿਪੋਰਟ ਬਣਾਓ ਕਿਉਂਕਿ ਹਰ ਇਹ ਨਹੀਂ ਨਾ ਕਿ ਤੁਸੀਂ ਮੈਂ ਰਿਪੋਰਟ ਪੜੀਏ ਤਾਂ ਮੈਂ ਆਪਣੇ ਹਿਸਾਬ ਨਾਲ ਬਲੂ ਰਿਪੋਰਟ ਕੀ ਕਹਿੰਦੀ ਹੈ ਰਿਪੋਰਟ ਦੇ ਵਿੱਚ ਤੇ ਉਹਨੇ ਕਿਹਾ ਕਿ ਜਿਹੜੇ ਬੀਬੀ ਤਵਾੜੀ ਜੀ ਉਹਨਾਂ ਨੇ ਦੇ ਇਥੋਂ ਤੱਕ ਕੇਪੀਐਸ ਗੇਲ ਨੂੰ ਕਹਿ ਦਿੱਤਾ ਗਿਆ ਸੀ ਰਿਪੋਰਟ ਦੇ ਵਿੱਚ ਕਿ ਉਹਨਾਂ ਦੀ ਸ਼ਮੂਲੀਅਤ ਉਹ ਜਦੋਂ ਕਹਿੰਦੇ ਨਾ ਕਿ ਜਿਵੇਂ ਦੀ ਕੋਕੋ ਉਵੇਂ ਕੋਕੋ ਦੇ ਬੱਚੇ ਉਹਨਾਂ ਨੇ ਦੇ ਇਥੋਂ ਤੱਕ ਪਰਭਾਸ਼ਾ ਦੇ ਦਿੱਤੀ ਆ ਗਈ ਸੀ ਵੀ ਇਹਦੇ ਚ ਹੋਣੀ ਚਾਹੀਦੀ ਹੈ ਉਹਨਾਂ ਦੀ ਇਨਵੋਲਵਮੈਂਟ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈਗਾ ਉਹ ਪਤ ਨਹੀਂ ਕਾਲੀਦਲ ਗੁਰਦੇਵ ਸਿੰਘ ਕੌਂਕੇ ਵਾਲੇ ਮਸਲੇ ਦੇ ਵਿੱਚ ਕਿਉਂ ਜਿਹੜੇ ਕਾਲੀਦਲ ਦੇ ਨੇਤਾ ਨੇ ਉਹ ਕਿਉਂ ਉਹਨਾਂ ਨੂੰ ਇਹੋ ਜੀ ਵੀਡੀਓ ਜਾਰੀ ਕਰਨੀ ਚਾਹੀਦੇਗੇ ਉਹ ਬੰਦੇ ਨਹੀਂ ਹੁੰਦਾ ਨਾ ਕਿ ਜਿਹੜਾ ਸਿਆਸੀ ਤੌਰ ਤੇ ਆਪਣੇ ਆਪ ਨੂੰ ਖਤਮ ਕਰਨਾ ਉਹ ਵੀਡੀਓ ਉਪਰਭਾਸ਼ਾ ਦਿੰਦੀ ਹੈਗੀ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਦੋ ਤਿੰਨ ਮੁੱਦਿਆਂ ਤੇ ਅਸੀਂ ਚਰਚਾ ਕੀਤੀ ਹੈ ਇਹਨਾਂ ਮੁੱਦਿਆਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਸਮਝ ਦਿਓ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦਵਾ ਗਿਆ ਧੰਨਵਾਦ